ਸ਼੍ਰੀਕਾਲ ਜੀ, ਦੇਸ ਵਿਦੇਸ ਲੈ ਕੇ ਮੈਂ ਤੁਹਾਡਾ ਆਪਣਾ ਦੋਸਤ ਅਮਨ ਫਿਰ ਹਾਜ਼ਰ ਹੈ ਜੀ। ਅੱਜ ਫਿਰ ਕੋਸ਼ਿਸ਼ ਕਰਾਂਗੇ ਕੈਨੇਡਾ ਨੂੰ ਲੈ ਕੇ ਅਤੇ ਖਾਸ ਕਰ ਵਿਦਾਊਟ ਆਈਐਲਟੀ ਜਾਂ ਸ਼ੈਨਿਗਨ ਕੰਟਰੀ ਪੋਲੈਂਡ ਨੂੰ ਲੈ ਕੇ ਡਿਸਕਸ਼ਨ ਕਰਨ ਦੀ। ਇਹ ਡਿਸਕਸ਼ਨ ਕਰਨ ਦੇ ਲਈ ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਉਹਨੇ ਜੀ ਜਸਲੀਨ ਪਲੈਨਟ ਵੋਸ ਤੋਂ ਪਹਿਲਾਂ ਸਵਾਗਤ ਕਰਦੀ ਉਹਨਾਂ ਦਾ। ਜਸਲੀਨ, ਬਹੁਤ ਬਹੁਤ ਸਵਾਗਤ। ਧੰਨਵਾਦ ਜੀ। ਸੋ ਜਸਲੀਨ, ਸ਼ੁਰੂਆਤ ਕਰਨਾ ਚਾਹੁੰਦੇ ਹਾਂ ਕੈਨੇਡਾ ਤੋਂ। ਕੈਨੇਡਾ ਪ੍ਰੈਜੈਂਟਲੀ ਜਿਹੜਾ ਰਿਜ਼ਲਟਸ ਆ ਰਹੇ ਨੇ ਉਹਨੂੰ ਲੈ ਕੇ ਕੀ ਕਹਿਣਾ? ਕੈਨੇਡਾ ਦੀ ਅਗਰ ਅਸੀਂ ਗੱਲ ਕਰ ਰਹੇ ਤਾਂ ਇਸ ਸਮੇਂ ਬਹੁਤ ਵਧੀਆ ਰਿਸਪੋਂਸ ਆ ਰਿਹਾ। ਜਨਰਲ ਕੈਟੇਗਰੀ ਦੇ ਵਿੱਚ ਵੀਜ਼ਾਸ ਦੀ ਰੇਸ਼ੋ ਜਿਹੜੀ ਆ ਵੱਧ ਚੁੱਕੀ ਆ, ਵਧੀਆ ਰਿਜ਼ਲਟ ਆ ਰਹੇ ਨੇ। ਕਿਤੇ ਨਾ ਕਿਤੇ ਅਗਰ ਮੈਂ ਵੇਖਦੀ ਹਾਂ, ਦੇਖੋ ਮੈਂ ਕਾਫੀ ਸਾਲਾਂ ਤੋਂ ਸ਼ੋਅ ਦੇ ਵਿੱਚ ਆ ਰਹੀ ਹਾਂ ਅਤੇ ਜਿਹੜੇ ਸਟੂਡੈਂਟ ਦਾ ਇੰਟਰਸਟ ਹੈ ਉਹ ਕੈਨੇਡਾ ਵੱਲ ਵੱਧਦਾ ਜਾ ਰਿਹਾ। ਬਹੁਤ ਹੱਦ ਤੱਕ ਜਿਹੜੇ ਸਟੂਡੈਂਟਸ ਹੈਗੇ ਨੇ ਜਾਣਾ ਚਾਹੁੰਦੇ ਨੇ, ਅਤੇ ਕਾਫੀ ਸਟੂਡੈਂਟ ਜਿਨ੍ਹਾਂ ਦਾ ਸਪਨਾ ਕੈਨੇਡਾ ਜਾਣਾ ਸੀਗਾ ਬਟ ਕਿਤੇ ਨਾ ਕਿਤੇ ਬੈਂਡਸ ਘੱਟ ਸੀਗੇ ਅਤੇ ਗੈਪ ਬਹੁਤ ਜ਼ਿਆਦਾ ਸੀਗਾ, ਅਤੇ ਸਟੂਡੈਂਟਸ ਕਿਤੇ ਅਤੇ ਨਿਰਾਸ਼ ਸੀਗੇ ਕਿ ਜਿਹੜਾ ਵੀਜ਼ਾ ਲੈਣਾ ਉਹ ਟਫ ਹੈ, ਬਟ ਉਹ ਜਿਹੜਾ ਸਪਨਾ ਨਾਲ ਸਾਕਾਰ ਹੋ ਰਿਹਾ। ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਵੱਲੋਂ ਸਟੂਡੈਂਟਸ ਦੇ 5.5 ਬੈਂਡਸ ਦੇ ਨਾਲ ਵੀਜ਼ਾਜ਼ ਆਉਂਦੇ ਨੇ। ਜਿਨ੍ਹਾਂ ਬੱਚਿਆਂ ਦੇ ਕੋਲ ਰਿਫਿਊਜ਼ਲ ਸੀਗੀ, ਗੈਪ ਸੀਗੀ, ਉਹਨਾਂ ਸਟੂਡੈਂਟਸ ਦੇ ਵੀਜ਼ਾਜ਼ ਆਉਂਦੇ ਨੇ। ਕਿਤੇ ਨਾ ਕਿਤੇ ਉਹਨਾਂ ਨੂੰ ਉਹਨਾਂ ਸਟੂਡੈਂਟਸ ਦੇ ਵੀਜ਼ਾਜ਼ ਨੂੰ ਵੇਖ ਕੇ ਅਸੀਂ ਜਿਹੜੇ ਜਨਰਲ ਕੈਟੇਗਰੀ ਦੇ ਵਿੱਚ ਜਿੰਨਾ ਹੋ ਸਕਦਾ ਉਹਨੇ ਹੋਰ ਜ਼ਿਆਦਾ ਕਾਲਜਿਸ ਨਾਲ ਟਾਈ ਅਪਸ ਕਰਦੇ ਹਾਂ ਤਾਂ ਕਿ ਸਟੂਡੈਂਟਸ ਨੂੰ ਜਿੰਨੀ ਵਧੀਆ ਕਾਲਜਿਸ, ਜੋ ਵੀ ਓਪਰਚੁਨਿਟੀ ਚਾਹੀਦੀ ਹੈ, ਜੋ ਵੀ ਕਾਲਜ ਦੀ ਚੋਇਸ ਚਾਹੀਦੀ ਹੈ, ਉਹਨੂੰ ਅਸੀਂ ਪ੍ਰੋਵਾਈਡ ਕਰ ਸਕੀਏ। ਕੈਨੇਡਾ ਦੇ ਵਿੱਚ ਅਗਰ ਮੈਂ ਗੱਲ ਕਰਦੀ ਹਾਂ ਜਨਰਲ ਕੈਟੇਗਰੀ ਦੀ, ਪਿਛਲੇ ਕਾਫੀ ਸਾਲਾਂ ਤੋਂ ਜਿਹੜੇ ਪਲੈਨਟ ਬੁਲ ਕੰਪਨੀ ਹੈ ਸਾਡੀ, ਉਹ ਕਾਫੀ ਸਾਲਾਂ ਤੋਂ ਜਨਰਲ ਕੈਟੇਗਰੀ ਵਿੱਚ ਅਪਲਾਈ ਕਰ ਰਹੀ ਹੈ, ਤੇ ਜਨਰਲ ਕੈਟੇਗਰੀਜ਼ ਦੇ ਵਿੱਚ ਸਟੂਡੈਂਟਸ ਦੇ ਵੀਜ਼ਾਸ ਵੀ ਆ ਰਹੇ ਨੇ, ਤੇ ਉਹਨਾਂ ਵੀਜ਼ਾਸ ਦੇ ਨਾਲ ਨਾਲ ਜਿਹੜੇ ਸਟੂਡੈਂਟਸ ਆਪਣਾ ਜਾਣਾ ਚਾਹੁੰਦੇ ਨੇ, ਅਪਲਾਈ ਕਰਨਾ ਚਾਹੁੰਦੇ ਨੇ, ਮੈਂ ਕਹਾਂਗੀ ਉਹ ਵੀਜ਼ਾਸ ਵੇਖ ਸਕਦੇ ਨੇ। ਸਟੂਡੈਂਟਸ ਦੇ ਇੰਟਰਵਿਊ ਹਰ ਪ੍ਰੋਗਰਾਮ ਦੇ ਵਿੱਚ ਦਿਖਾਏ ਜਾ ਰਹੇ ਨੇ। ਮੇਰੇ ਵੱਲੋਂ ਬਹੁਤ ਕੋਸ਼ਿਸ਼ ਹੁੰਦੀ ਹੈ ਕਿ ਜੋ ਜਿੰਨੇ ਹੋ ਸਕੇ ਜਿਹੜੇ ਸਟੂਡੈਂਟਸ ਦੇ ਵਿੱਚ ਕੌਨਫੀਡੈਂਸ ਹੈ ਕੈਮਰਾ ਫੇਸ ਕਰਨ ਦੀ, ਉਹਨਾਂ ਸਟੂਡੈਂਟਸ ਦੇ ਕੁਝ ਇੰਟਰਵਿਊਸ ਤੁਹਾਨੂੰ ਦਿਖਾਏ ਜਾਣ, ਤੇ ਤੁਸੀਂ ਆ ਕੇ ਵੀ ਜਿਹੜਾ ਕਿ ਆਫਿਸ ਵਿੱਚ ਆ ਕੇ ਵੀ ਵੀਜ਼ਾਸ ਵੇਖ ਸਕਦੇ ਹੋ। ਕਿਤੇ ਨਾ ਕਿਤੇ ਜਨਰਲ ਕੈਟੇਗਰੀਜ਼ ਦੇ ਵਿੱਚ ਵੀਜ਼ਾ ਆ ਰਹੇ ਨੇ ਤੇ ਸਟੂਡੈਂਟਸ ਅਵੇਅਰ ਹੋ ਚੁੱਕੇ ਨੇ। ਸਟੂਡੈਂਟਸ ਨੂੰ ਪਤਾ ਇਸ ਸਮੇਂ ਵੀਜ਼ਾਜ਼ ਆ ਰਹੇ ਨੇ 5.5 ਨਾਲ। ਜਸਲੀਨ, ਵੀਜ਼ਾ ਆਉਣਾ, ਚਲੋ ਉਹਦੇ 'ਤੇ ਵੀ ਆਪਾਂ ਗੱਲ ਕਰਾਂਗੇ, ਬਟ ਕਾਫੀ ਬੱਚਿਆਂ ਨੇ ਸਵਾਲ ਕੀਤਾ ਕਿ ਸਿਰਫ 5.5 ਬੈਂਡ ਹੋਣਾ ਉਹ ਕਾਫੀ ਹੈ ਜਾਂ ਅਕੈਡਮਿਕਸ ਗੈਪ, ਇਹ ਹਰ ਚੀਜ਼ ਵੀ ਫਾਈਲ ਲਾਉਣ ਲਈ ਮੈਟਰ ਕਰਦੀ ਹੈ। ਸਰ, ਕੈਨੇਡਾ ਦੇ ਵਿੱਚ ਮੈਂ ਕਹੂੰਗੀ 1% ਤੁਹਾਡੀ ਕਿਸਮਤ ਵੀ ਹੈ, ਬਿਕੋਜ਼ ਅਗਰ ਅਸੀਂ ਵੇਖੀਏ, ਅਸੀਂ ਜਦੋਂ ਅਪਲਾਈ ਕਰਦੇ ਹਾਂ ਸਟੂਡੈਂਟ ਦਾ, ਦੇਖੋ ਰੂਲ ਰੈਗੂਲੇਸ਼ਨ ਨੂੰ ਫੋਲੋ ਕਰਨ ਦਾ ਮਤਲਬ ਹੈ ਕਿ ਕਿਤੇ ਵੀ ਐਮਬੈਸੀ ਆਫਿਸਰ ਕੋਈ ਵੀ ਡਾਕੂਮੈਂਟ ਨੂੰ ਲੈ ਕੇ ਕੁਐਸਚਨ ਨਾ ਕਰ ਪਾਏ, ਰਿਫਿਊਜ਼ਲ ਨਾ ਦੇ ਤੁਹਾਨੂੰ ਉਸ ਕਰਕੇ ਵੀ ਤੁਹਾਡਾ ਕੋਰਸ ਨਹੀਂ ਮੈਚ ਕਰ ਰਿਹਾ। ਜੋ ਸਾਡੇ ਕੋਲ ਨੌਲੇਜ ਹੈ ਉਸ ਨੌਲੇਜ ਦੇ ਜ਼ਰੀਏ ਟੈਕਨੀਕਲ ਪੁਆਇੰਟਸ ਨੂੰ ਵੇਖਦੇ ਹੋਏ ਫਾਈਲ ਤੁਹਾਡੀ ਐਕੂਰੇਟ ਬਣਨੀ ਚਾਹੀਦੀ ਹੈ, ਬਟ ਕਿਤਨਾ ਕਿਤੇ 1% ਜਿਵੇਂ ਮੈਂ ਕਹਿੰਦੀ ਹਾਂ ਕਿ ਕਈ ਵਾਰ ਹੁੰਦਾ ਕਿ ਬੱਚਿਆਂ ਦੇ ਬੈਂਡ 6.5 ਹੁੰਦੇ ਨੇ, ਬੱਚਿਆਂ ਦਾ ਗੈਪ ਨਹੀਂ ਹੁੰਦਾ, ਫਿਰ ਵੀ ਰਿਫਿਊਜ਼ਲ ਆ ਜਾਂਦੀ ਹੈ। 5.5 ਇੱਥੇ ਬੈਂਡਸ ਨੇ, ਬੱਚਿਆਂ ਦਾ 2-3 ਸਾਲ ਦਾ ਗੈਪ ਹੈ, ਪਰ ਜਿਹੜਾ ਐਮਬੈਸੀ ਆਫਿਸਰ ਉਹਨਾਂ ਨੇ ਵੀਜ਼ਾ ਦੇ ਦਿੱਤਾ, ਤੇ ਮੈਂ ਕਹਾਂਗੀ ਕਿ ਕਿਤਨਾ ਕਿਤੇ ਸਟੂਡੈਂਟਸ ਜਿਹੜੇ ਹੈਗੇ ਨੇ ਉਹ ਜੈਨੂਇਨ ਹੋਣੇ ਚਾਹੀਦੇ ਨੇ, ਉਹਨਾਂ ਦਾ ਮੋਟਿਵ ਸਿਰਫ ਸਟੱਡੀ ਹੋਣਾ ਚਾਹੀਦਾ, ਕਿਉਂਕਿ ਜਿਹੜੇ ਸਟੂਡੈਂਟਸ ਕਿਤਨਾ ਕਿਤੇ ਜੋ ਵੀ ਇਨਫੋਰਮੇਸ਼ਨ ਦਿੰਦੇ ਨੇ ਉਹ ਹਾਈਡ ਨਹੀਂ ਹੋਣੀ ਚਾਹੀਦੀ ਹੈ। ਇਗਜ਼ਾਮਪਲ ਪਿਛਲੇ ਸ਼ੋਅ ਵਿੱਚ ਅਸੀਂ ਦਿੱਤਾ ਸੀ, ਜਿਹੜੇ ਕਿ ਸੰਧੂ ਸਰ ਨਾਲ ਗੱਲ ਹੋ ਰਹੀ ਸੀਗੀ, ਉਹਦੇ ਵਿੱਚ ਦੱਸਿਆ ਗਿਆ ਸੀ, ਮੈਂ ਤੁਹਾਨੂੰ ਫਿਰ ਇੱਕ ਵਾਰ ਰਿਪੀਟ ਕਰ ਰਹੀ ਹਾਂ ਕਿ ਸਟੂਡੈਂਟ ਦਾ ਜਿਵੇਂ ਕਿ ਪਹਿਲਾਂ ਰਿਫਿਊਜ਼ਲ ਆਈ ਸੀਗੀ, ਉਹਦਾ ਕਾਰਨ ਜਦੋਂ ਕੱਢਿਆ ਗਿਆ ਕੇਪਸ ਨੋਟ ਦੇ ਰਾਹੀਂ, ਕਿਉਂਕਿ ਕਿਤੇ ਕਿਤੇ ਬੱਚਿਆਂ ਦੇ ਬੈਂਡ, ਸਟੂਡੈਂਟ ਦੇ ਬੈਂਡ ਬਹੁਤ ਸੋਹਣੇ ਸੀਗੇ ਆਪਣਾ, ਜਿਹੜੇ ਕਿ ਵਧੀਆ ਬੈਂਡਸ ਆਏ ਹੋਏ ਸੀਗੇ ਅਤੇ ਜਿਹੜੇ ਕਿ ਗੈਪ ਵੀ ਨਹੀਂ ਸੀਗਾ, ਤੇ ਰਿਫਿਊਜ਼ਲ ਦਾ ਕਾਰਨ ਦੇਖਣ ਲਈ ਕੇਪਸ ਨੋਟ ਕਢਾਏ ਗਏ, ਤਾਂ ਕੇਪਸ ਨੋਟ ਦੇ ਰਾਹੀਂ ਰਿਫਿਊਜ਼ਲ ਦਾ ਕਾਰਨ ਆਇਆ ਕਿ ਜਿਹੜਾ ਸਟੂਡੈਂਟ ਦਾ ਬ੍ਰਦਰ ਸੀਗਾ ਉਹਨੇ ਪਹਿਲਾਂ ਕਾਲਜ ਵਿੱਚ ਅਪਲਾਈ ਕੀਤਾ ਹੋਇਆ ਸੀ, 2-3 ਸਾਲ ਪਹਿਲਾਂ ਗਏ ਹੋਏ ਸੀ, ਕਾਲਜ ਚੇਂਜ ਕੀਤੇ ਹੋਏ ਸੀ। ਕਹਿਣ ਦਾ ਮਤਲਬ ਜੋ ਕਿ ਤੁਹਾਡੀ ਫੈਮਿਲੀ ਹਿਸਟਰੀ ਆ ਉਹ ਵੀ ਕਾਫੀ ਹੱਦ ਤੱਕ ਮਾਇਨੇ ਰੱਖਦੀ ਹੈ। ਤੁਸੀਂ ਜੇ ਉਹਨੇ ਜਾ ਕੇ ਕੋਈ ਇਹੋ ਜਿਹਾ ਕੰਮ ਕੀਤਾ, ਮਿਸ ਕਮਿਟਮੈਂਟਸ ਕਹਿ ਲਈਏ, ਉਹ ਕੀਤੀ ਹੈ, ਤਾਂ ਉਹਦਾ ਹਰਜਾਨਾ ਦੂਜੇ ਨੂੰ ਭੁਗਤਣਾ ਪੈ ਸਕਦਾ, ਤੇ ਆਪਣੀ ਫੈਮਿਲੀ ਵਿੱਚ ਕੋਈ ਵੀ ਅਗਰ ਤੁਹਾਡਾ ਮੈਂਬਰ ਫੋਰਨ ਹੈਗਾ ਉਹ ਛਪਾਓ ਨਾ, ਉਹ ਦੱਸੋ ਤੁਸੀਂ ਕਿ ਹਾਂਜੀ ਮੇਰਾ ਰੀਅਲ ਬ੍ਰਦਰ ਇੱਥੇ ਹੈ, ਕੋਈ ਵੀ ਸਿਬਲਿੰਗ ਤੁਹਾਡੇ ਉੱਥੇ ਹੈਗੇ ਨੇ ਉਹ ਜ਼ਰੂਰ ਦੱਸੋ। ਔਰ ਕਿਤੇ ਕਿਤੇ ਸਟੂਡੈਂਟਸ ਨੂੰ ਜਿਹੜਾ ਕਿ ਧਿਆਨ ਰੱਖਣਾ ਚਾਹੀਦਾ ਕਿ ਜੋ ਵੀ ਤੁਸੀਂ ਡਾਕੂਮੈਂਟਸ ਦੇ ਰਹੇ ਹੋ ਜੈਨੂਇਨ ਡਾਕੂਮੈਂਟਸ ਦੋ। ਜਦੋਂ ਵੀ ਜਿਹੜੇ ਵੀ ਸਟੂਡੈਂਟ ਸਾਡੇ ਕੋਲ ਜਦੋਂ ਆਉਂਦੇ ਨੇ ਆਪਣੇ ਪ੍ਰੋਫਾਈਲ ਨੂੰ ਦਿਖਾਉਂਦੇ ਨੇ, ਤੇ ਸਾਡੇ ਵੱਲੋਂ ਕਈ ਵਾਰ ਕੋਸ਼ਿਸ਼ ਵੀ ਕੀਤੀ ਜਾਂਦੀ ਕਿ ਹਾਂਜੀ ਮੈਮ ਗਰੰਟੀ ਹੈਗੀ ਹੈ, ਤੇ ਮੈਂ ਹੁਣ ਅੱਜ ਸ਼ੋਅ ਦੇ ਵਿੱਚ ਵੀ ਕਹਿ ਰਿਹਾ ਕਦੇ ਵੀ ਕੰਸਲਟੈਂਟ ਤੁਹਾਨੂੰ ਗਾਰੰਟੀ ਨਹੀਂ ਦੇ ਸਕਦਾ, ਬਿਕੋਜ਼ ਕੰਸਲਟੈਂਟ ਤੁਹਾਡੀ ਫਾਈਲ ਐਕੂਰੇਟ 100% ਲਾ ਸਕਦਾ, ਬਣਾ ਸਕਦਾ, ਬਟ ਵੀਜ਼ਾ ਦੇਣਾ ਐਮਬੈਸੀ ਆਫਿਸਰ ਦੇ ਹੱਥ ਵਿੱਚ ਹੈ, ਤੇ ਮੇਰੇ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੀ ਫਾਈਲ ਦੇ ਵਿੱਚ ਕਿਤੇ ਵੀ ਕੋਈ ਮਾਈਨਸ ਪੁਆਇੰਟ ਨਾ ਛੱਡਿਆ ਜਾਏ, ਜਿੱਥੇ ਵੀ ਹੋ ਸਕੇ ਤੁਹਾਡੀ ਫਾਈਲ SOP ਜਿਹੜੀ ਹੈ, ਇੱਕ SOP ਸਟੇਟਮੈਂਟ ਆਫ ਪਰਪਸ, ਬਹੁਤ ਸਟਰੋਂਗ ਡਾਕੂਮੈਂਟ ਹੈ ਜੋ ਕਿ ਬਹੁਤ ਵਧੀਆ ਤਰੀਕੇ ਨਾਲ ਤਿਆਰ ਹੋਣਾ ਚਾਹੀਦਾ, ਟੈਕਨੀਕਲ ਤਰੀਕੇ ਨਾਲ ਤਿਆਰ ਹੋਣਾ ਚਾਹੀਦਾ, ਜੋ ਕਿ ਸਟੂਡੈਂਟ ਖੁਦ ਲਿਖਦਾ, ਪਰ ਉਹਦੇ ਪੁਆਇੰਟਸ ਤੇ ਉਹਨੂੰ ਕਿਸ ਤਰੀਕੇ ਨਾਲ ਲਿਖਿਆ ਜਾਣਾ ਚਾਹੀਦਾ ਉਹ ਕੰਸਲਟੈਂਟ ਦੱਸਦਾ, ਤੇ ਉਹ ਕੰਸਲਟੈਂਟ ਦੀ ਡਿਊਟੀ ਹੈ, ਤੇ ਉਹ ਤੁਹਾਨੂੰ ਕਲੀਅਰ ਕੀਤਾ ਜਾਂਦਾ।
ਤਾਂ ਉਹਨਾਂ ਨੂੰ ਹੁੰਦਾ ਕਿ ਹਾਂ ਜਿਹੜੇ ਅਸੀਂ ਫੰਡਸ ਦਿਖਾ ਰਹੇ ਹਾਂ ਉਹ ਦਾ ਦਾਦੀ ਦੇ ਵੀ ਹੈਗੇ ਨੇ, ਉਹ ਅਸੀਂ ਸ਼ੋਅ ਕਰ ਸਕਦੇ ਹਾਂ, ਤੁਸੀਂ ਸ਼ੋਅ ਕਰ ਸਕਦੇ ਹੋ ਬਲੱਡ ਰਿਲੇਸ਼ਨ ਦੇ ਵਿੱਚ ਆਪਣੇ ਸਿਬਲਿੰਗਸ ਦੇ ਫੰਡਸ, ਆਪਣੇ ਬ੍ਰਦਰ ਸਿਸਟਰ ਦੇ ਫੰਡਸ ਕਹਿਣ ਦਾ ਮਤਲਬ, ਔਰ ਆਪਣੇ ਪੇਰੈਂਟਸ ਦੇ ਫੰਡਸ ਤੇ ਆਪਣੇ ਦਾਦਾ ਜੀ ਦੇ ਫੰਡਸ ਤੁਸੀਂ ਸ਼ੋਅ ਕਰ ਸਕਦੇ ਹੋ। ਇਹਦੇ 'ਚ ਜਦੋਂ ਹੁਣ ਇੱਕ ਬੱਚਾ ਤੁਹਾਡੇ ਕੋਲ ਆਉਂਦਾ, ਜਿਵੇਂ 5.5 ਬੈਂਡ ਨੇ ਉਹਦੇ, ਉਹਦੀ ਪਰਸੈਂਟੇਜ ਹੈਗੀ ਹੈ 55%, ਦੂਜਾ ਬੱਚਾ ਆਉਂਦਾ ਇਹ ਉਹਦੀ ਪਰਸੈਂਟੇਜ ਹੈ 70 above 70, ਕਿਹਨੂੰ ਪ੍ਰੈਫਰ ਕਰਦੇ ਹੋ, ਕਿਹਨੂੰ ਤੁਹਾਨੂੰ ਲੱਗਦਾ ਪਰਸੈਂਟੇਜ ਦੇ ਵਿੱਚ ਵੀ ਹਾਂ ਇਹਦੀ ਪਰਸੈਂਟੇਜ ਜ਼ਿਆਦਾ ਸਕਸੈਸ ਦੀ ਆ ਸਕਦੀ ਹੈ? ਸਰ ਕਿਤੇ ਵੀ, ਚਾਹੇ ਜਨਰਲ ਕੈਟੇਗਰੀ ਹੈ ਚਾਹੇ SPP ਹੈ, ਮੈਂ ਜਨਰਲ ਦੀ ਜਿਵੇਂ ਹੁਣ ਗੱਲ ਕਰ ਰਹੀ ਹਾਂ, ਕੋਈ ਵੀ ਡਾਕੂਮੈਂਟ, ਇੱਕ ਡਾਕੂਮੈਂਟ ਸਿਰਫ ਵੀਜ਼ਾ ਡਿਪੈਂਡ ਨਹੀਂ ਕਰਦਾ, ਸਿਰਫ ਪਰਸੈਂਟੇਜ ਹੀ ਸਭ ਕੁਝ ਮਾਇਨੇ ਨਹੀਂ ਰੱਖਦੀ ਹੈ। ਤੁਹਾਡੇ +2 ਤੁਸੀਂ ਕੀਤੀ ਹੋਈ ਹੈ ਉਹ ਕਲੀਅਰ ਹੈਗੀ ਹੈ, ਕੋਈ ਕੰਪਾਰਟਮੈਂਟ ਤਾਂ ਨਹੀਂ ਹੈ। ਆਈਲੈਸ ਕੀਤੀ ਹੋਈ ਹੈ ਤੁਸੀਂ, 5 point ਓਵਰਆਲ ਬੈਂਡ ਹੈਗੇ ਨੇ ਤੁਹਾਡੇ, ਉਹਦੇ ਨਾਲ ਤੁਹਾਡਾ ਗੈਪ ਕਿੰਨਾ ਕੁ ਹੈਗਾ? ਤੁਸੀਂ ਜਿਹੜੇ ਫੰਡਸ ਦਿਖਾ ਰਹੇ ਹੋ, ਜਾਨਣ ਦਿਖਾ ਰਹੇ ਹੋ, ਤੇ ਤੁਹਾਡੇ ਫੰਡਸ ਜਿਹੜੇ ਕਿ 13 to 14 lakh, ਜੋ ਕਿ ਤੁਹਾਡੇ ਫੀਸ ਪਲੱਸ ਲਿਵਿੰਗ ਐਕਸਪੈਂਸ ਨੂੰ ਕਰਕੇ ਦੱਸੇ ਜਾਂਦੇ ਨੇ, ਉਹ ਫੰਡਸ ਐਕੂਰੇਟ ਹੈਗੇ ਨੇ? ਇਹ ਸਾਰੇ ਫਾਈਲ ਨੂੰ ਵੇਖ ਕੇ SOP ਕਿਵੇਂ ਲੱਗ ਰਹੀ ਹੈ? ਠੀਕ ਹੈ, ਬਟ ਇੱਕ ਹੁੰਦਾ ਨਾ ਪ੍ਰੈਫਰੇਬਲ ਵੀ, ਹਾਂ ਇੰਨਾ ਹੋਏਗਾ ਪਰਸੈਂਟੇਜ ਤਾਂ ਇਹਨੂੰ ਅੱਛੀ ਪ੍ਰੋਫਾਈਲ ਗਿਣ ਸਕਦੇ ਹਾਂ। SPP ਵੀ ਇਹ ਵੀ ਗੱਲ ਕਰੀਏ, ਜਦੋਂ 60% ਅਬਵ ਹੁੰਦਾ ਤਾਂ ਕਿਤੇ ਨਾ ਕਿਤੇ ਕੰਫੀਡੈਂਟ ਹੁੰਦਾ। ਹਾਂਜੀ, ਜਨਰਲ ਦੇ ਵਿੱਚ ਕੀ ਹੈ ਕਿ ਆਫਟਰ 45%, ਜਿਹੜੇ 45 ਤੋਂ ਅਬਵ ਜਿਹੜੇ ਸਟੂਡੈਂਟਸ ਹੈਗੇ ਨੇ ਉਹ ਅਸੈਪਟੇਬਲ ਹੈ, ਤੇ ਉਸ ਤੋਂ ਉੱਪਰ ਜਿੰਨੇ ਹੋਣਗੇ ਉਹ ਪਰਸੈਂਟੇਜ ਤੁਹਾਡੀ ਵੱਧ ਹੋਏਗੀ, ਉਨੇ ਪਲੱਸ ਪੁਆਇੰਟ ਨੇ, ਉਨੇ ਹੀ ਜ਼ਿਆਦਾ ਸਟਰੋਂਗ ਹੈ। ਤੁਸੀਂ ਹੁਣ ਤੱਕ ਵੀਜ਼ਾਸ ਲਏ ਨੇ, ਮਿਨੀਮਮ ਪਰਸੈਂਟੇਜ ਕੀ ਰਹੀ ਹੈ ਉਹਦੀ? ਹਾਂ, ਸਟੂਡੈਂਟਸ ਦੇ 47% ਵਾਲੇ ਬੱਚਿਆਂ ਦੇ ਵੀ ਵੀਜ਼ਾਸ ਆਏ ਨੇ, ਕਿਤਨੇ ਇਹਦੇ ਤੁਹਾਡੀ ਪਰਸੈਂਟੇਜ ਲੋ ਹੁੰਦੀ ਹੈ, ਪਰ ਉਹਦੇ ਵਿੱਚ ਕੀ ਹੁੰਦਾ, ਤੁਹਾਡਾ ਆਈਲੈਸ ਜਿਹੜੇ ਹੈਗੇ ਨੇ ਠੀਕ ਹੈਗੇ ਨੇ, ਤੁਸੀਂ ਤੁਹਾਡਾ ਗੈਪ ਨਹੀਂ ਹੈਗਾ, ਤੇ ਉਸ ਕੇਸ ਵਿੱਚ ਬੱਚਿਆਂ ਦੇ ਵੀਜ਼ਾਸ ਆਉਂਦੇ ਨੇ। ਹੁਣ ਜ਼ਿਆਦਾਤਰ ਕੀ ਹੁੰਦਾ, ਬੱਚਾ ਇੱਕ ਵਾਰੀ SPP ਅਪਲਾਈ ਕਰ ਲੈਂਦਾ, ਪ੍ਰੋਫਾਈਲ ਜਿਵੇਂ ਹੁਣ ਤੁਸੀਂ ਵੀ ਗੱਲ ਕਰ ਰਹੇ ਸੀ, ਬਹੁਤ ਵਧੀਆ ਸੀ ਬੱਚੇ ਦੀ, ਬੈਂਡਸ ਅੱਛੇ ਸੀ, ਸਾਰਾ ਕੁਝ। ਹਰ ਇੱਕ ਰਿਜੈਕਸ਼ਨ ਜਦੋਂ ਆਉਂਦੀ ਹੈ ਤੁਹਾਡੇ ਕੋਲ ਦੁਬਾਰਾ ਰੀਅਪਲਾਈ ਕਰਨ ਆਉਂਦਾ, ਤਾਂ ਤੁਸੀਂ ਹਰ ਇੱਕ ਦੇ ਕੇਸ ਨੋਟ ਮੰਗਾਉਂਦੇ ਹੋ ਜਾਂ ਉਹਦੇ ਵੀ ਰੈਂਡਮਲੀ ਪਿਕ ਕੀਤੇ ਜਾਂਦੇ ਨੇ ਇਸ ਸਿਚੁਏਸ਼ਨ ਦੇ ਹਿਸਾਬ ਨਾਲ? ਨਹੀਂ, ਉਹਦੇ ਵਿੱਚ ਕੀ ਹੁੰਦਾ, ਅਗਰ ਫਿਜ਼ ਲੈਟਰ ਵਿੱਚ ਲਿਖਿਆ ਕੋਰਸ ਸਹੀ ਨਹੀਂ ਲਿਖਤਾ, ਤੁਹਾਨੂੰ ਕੋਰਸ ਚੇਂਜ ਕਰਨਾ ਪਏਗਾ, ਦੈਟਸ ਇਟ। ਅਗਰ ਲਿਖਿਆ ਹੋਇਆ ਕਿ ਤੁਸੀਂ ਜਿਹੜਾ ਕਿ ਆਪਣਾ ਫੰਡਸ ਦਿਖਾਏ ਸੀ ਸਹੀ ਨਹੀਂ ਦਿਖਾਏ ਸੀ, ਤਾਂ ਫੰਡਸ ਆਪਣੇ ਸਹੀ ਤਰੀਕੇ ਨਾਲ ਦਿਖਾਓ, ਉਹਦੇ ਵਿੱਚ ਰੀਜ਼ਨ ਦੇਖਣਾ ਪਏਗਾ। ਉਹਦੇ ਵਿੱਚ ਹੁੰਦਾ ਕਿ ਤੁਸੀਂ ਇੰਡੀਆ ਵਾਪਸ ਨਹੀਂ ਆਓਗੇ ਇਸ ਲਈ ਵੀਜ਼ਾ ਨਹੀਂ ਲਾਇਆ ਜਾ ਰਿਹਾ, ਤੇ ਉਹਦੇ ਵਿੱਚ ਕੀ ਹੈ, ਤੁਹਾਡੇ ਫੈਮਿਲੀ ਜਿੰਨੀ ਬੈਕਗ੍ਰਾਉਂਡ, ਜੋ ਵੀ ਪ੍ਰੋਪਰਟੀਜ਼ ਹੈਗੀਆਂ ਨੇ ਉਹ ਤੁਸੀਂ ਸ਼ੋਅ ਕਰੋ, ਬਿਜ਼ਨਸ ਸ਼ੋਅ ਕਰੋ, ਜਾਂ ਇੱਥੇ ਜੋ ਵੀ ਜੋਬ ਕਰ ਰਹੇ ਨੇ ਉਹ ਸ਼ੋਅ ਕਰੋ ਕਿ ਹਾਂਜੀ ਫੈਮਿਲੀ ਆਲਰੇਡੀ ਇੱਥੇ ਸੈਟਲ ਹੈਗੀ ਹੈ, ਤੇ ਉਹ ਡਿਟੇਲਸ ਤੁਸੀਂ ਦੇਖ ਕੇ ਆਪਣਾ ਅਪਲਾਈ ਕਰ ਸਕਦੇ ਹੋ। ਜਿੱਥੇ ਲੱਗ ਰਿਹਾ ਕਿ ਹਾਂਜੀ ਰਿਫਿਊਜ਼ਲ ਦਾ ਕਾਰਨ ਸਮਝ ਨਹੀਂ ਆ ਰਿਹਾ, ਉੱਥੇ ਸਾਨੂੰ ਕੇਪਸ ਨੋਟ ਕਢਾਉਣ ਦੀ ਲੋੜ ਹੁੰਦੀ ਹੈ, ਉੱਥੇ ਸਟੂਡੈਂਟ ਨੂੰ ਕਹਿੰਦੇ ਤੁਸੀਂ ਕੇਪਸ ਨੋਟ ਕਢਾਓ। ਕਿਉਂਕਿ ਇੱਕ ਸਟੂਡੈਂਟ ਸੀਗਾ ਮੇਰੇ ਕੋਲ, ਜਿਹੜਾ ਕਿ ਮਾਰਚ ਵਿੱਚ ਸਟੂਡੈਂਟ ਆਇਆ ਸੀਗਾ, ਮੈਨੂੰ ਕੇਸ ਯਾਦ ਹੈ ਹੁਣ ਤੱਕ, ਤੇ ਮੈਂ ਬੱਚੇ ਨੂੰ ਸਟੂਡੈਂਟ ਨੂੰ ਖੁਦ ਮਿਲੀ ਸੀਗੀ, ਤੋ ਉਹਦੇ ਵਿੱਚ ਕੀ ਸੀ ਕਿ ਐਪਲੀਕੈਂਟ ਦੇ ਜਿਹੜੇ ਰਿਫਿਊਜ਼ਲ ਸੀਗੇ ਉਹ 3 ਰਿਫਿਊਜ਼ਲ ਆਏ ਹੋਏ ਸੀ, ਮੈਂ ਕੰਸਲਟੈਂਟ ਦਾ ਨਾਮ ਵੀ ਲਵਾਂਗੀ, ਤੇ ਉਸ ਰਿਫਿਊਜ਼ਲ ਦੇ ਵਿੱਚ ਉਹਨਾਂ ਜਿਹੜਾ ਕਾਰਨ ਸੀਗਾ ਉਹ ਫਸਟ ਜਿਹੜੀ ਰਿਫਿਊਜ਼ਲ ਲੱਗੀ ਸੀ ਉਹਦੀ ਲੱਗੀ ਹੋਈ ਸੀ ਪਹਿਲਾਂ UK ਦੇ ਵਿੱਚ, ਜਿਹੜੀ ਸੈਕਿੰਡ ਉਹ ਕੈਨੇਡਾ ਦੇ ਵਿੱਚ ਲੱਗੀ ਸੀ, ਦੋਨੋਂ ਰਿਫਿਊਜ਼ਲ ਦੇ ਵਿੱਚ ਉਹਦੇ ਰਿਫਿਊਜ਼ਲ ਦਾ ਕਾਰਨ ਸਿਰਫ ਕੋਰਸ ਸੀਗਾ। ਜੋ ਕਿ ਮੈਂ ਬੱਚੇ ਨੂੰ ਕੁਐਸਚਨ ਕਰ ਰਹੀ ਹਾਂ ਕਿ ਜਦੋਂ ਤੁਹਾਡਾ ਪਹਿਲਾਂ ਰਿਫਿਊਜ਼ਲ ਕੋਰਸ ਕਰਕੇ ਆਇਆ, ਬਿਲਕੁਲ ਠੀਕ ਗੱਲ ਹੈ ਜਸਲੀਨ ਤੁਹਾਡੀ, ਕਿਉਂਕਿ ਕਾਫੀ ਕੇਸਿਸ ਦੇਖਣ ਦੇ ਵਿੱਚ ਆਏ ਆ, SPP ਵੀ ਇੱਕ ਕਾਲਜ ਕੋਰਸ ਦੇ ਵਿੱਚ ਬੱਚਾ ਲਾਉਂਦਾ, ਬਿਲਕੁਲ ਰਿਜੈਕਟ ਹੋ ਗਿਆ, ਦੁਬਾਰਾ ਫਿਰ ਨਾਨ SPP ਵੀ ਉਸੇ ਚ ਅਪਲਾਈ ਕਰ ਦਿੰਦੇ, ਬਿਲਕੁਲ ਬਿਲਕੁਲ ਉਹ ਗਲਤ ਹੈ। ਕਿਉਂਕਿ ਜਦੋਂ ਉਸ ਕੋਰਸ ਦਾ ਜਦੋਂ ਉਹਨਾਂ ਨੇ ਦਿਖਾਇਆ ਮੈਨੂੰ ਕਿ ਮੈਮ ਪਹਿਲਾਂ ਮੈਂ SPP ਚ ਅਪਲਾਈ ਕੀਤਾ ਸੀ, ਫਿਰ ਮੇਰਾ ਇਹਨਾਂ ਨੇ ਜਨਰਲ ਦੇ ਵਿੱਚ ਅਪਲਾਈ ਕਰਤਾ, ਤੇ ਉਹਦੇ ਵਿੱਚ ਮੇਰਾ ਇਸ ਤਰੀਕੇ ਨਾਲ ਹੋਇਆ ਹੋਇਆ, ਫਿਰ ਉਹਨੇ UK ਅਪਲਾਈ ਕਰ ਲਿਆ ਨਾ, ਤੇ ਆਪਣਾ ਜਿਵੇਂ ਮੈਨੂੰ ਕੈਨੇਡਾ ਦੀ ਕਨਫਿਊਜ਼ਨ ਹੋਈ ਸੀ ਕਿ ਅਗਰ ਤੁਹਾਡਾ ਫਸਟ ਰਿਫਿਊਜ਼ਲ ਕੋਰਸ ਕਰਕੇ ਆਇਆ ਤੁਸੀਂ ਸੈਕਿੰਡ ਟਾਈਮ ਕੋਰਸ ਕਿਉਂ ਨਹੀਂ ਚੇਂਜ ਕੀਤਾ, ਤੇ ਉਹਦੇ ਵਿੱਚ ਕੀ ਮੈਮ ਮੈਨੂੰ ਕੰਸਲਟੈਂਟ ਨੇ ਕਿਹਾ ਕਿ ਦੁਬਾਰਾ ਤੁਹਾਡਾ ਹੁਣ ਇਸ ਸਮੇਂ ਅਪਲਾਈ ਕਰਾਂਗੇ, ਤੇ ਉਹਦੇ ਰਾਹੀਂ ਤੁਹਾਡਾ ਵੀਜ਼ਾ ਆ ਜਾਏਗਾ, ਤੁਸੀਂ ਜਨਰਲ ਦੇ ਵਿੱਚ ਅਪਲਾਈ ਕਰ ਰਹੇ ਹੋ, ਤੇ ਉਹ ਜਿਹੜੀ ਮੈਨੂੰ ਬੇਵਕੂਫੀ ਲੱਗੀ ਸੀ ਉਹ ਕਿਤੇ ਕਿਤੇ ਇੱਕ ਐਪਲੀਕੈਂਟ ਵੱਲੋਂ ਵੀ ਲਾਪਰਵਾਹੀ ਸੀਗੀ। ਮਤਲਬ ਇੱਕ ਜਿਹੜਾ ਰੀਜ਼ਨ ਆਲਰੇਡੀ ਵੀਜ਼ਾ ਆਫੀਸਰ ਨੇ ਦਿੱਤਾ ਵੀ ਇਸ ਰੀਜ਼ਨ ਕਰਕੇ ਤੁਹਾਡਾ ਰਿਜੈਕਟ ਕੀਤਾ ਜਾ ਰਿਹਾ, ਉਹਨੂੰ ਦੂਰ ਨਹੀਂ ਕੀਤਾ ਜਾ ਰਿਹਾ। ਹਾਂਜੀ, ਕਿਉਂਕਿ ਉਹਦੇ ਵਿੱਚ ਕਲੀਅਰ ਕੀਤਾ ਜਾ ਰਿਹਾ ਸੀ ਉਹਦੀ ਜਿਹੜੀ ਐਜੂਕੇਸ਼ਨ ਜੋ ਵੀ ਤੁਸੀਂ ਅੱਗੇ ਲਿੱਤੀ ਆ ਉਹ ਸਹੀ ਨਹੀਂ ਲਿੱਤੀ ਹੈ, ਪਰ ਉਹ ਕਾਰਨ ਕਲੀਅਰ ਹੋਣ ਤੋਂ ਬਾਅਦ ਵੀ ਨਾ ਐਪਲੀਕੈਂਟ ਨੇ ਉਸ ਚੀਜ਼ 'ਤੇ ਧਿਆਨ ਦਿੱਤਾ ਬਹੁਤ ਜ਼ਿਆਦਾ, ਅਤੇ ਨਾ ਹੀ ਕੰਸਲਟੈਂਟ ਨੇ, ਅਤੇ ਉਹਦੇ ਕਰਕੇ ਬੱਚੇ ਦਾ ਫਿਊਚਰ ਖਰਾਬ ਹੁੰਦਾ, ਬਿਕੋਜ਼ ਰਿਫਿਊਜ਼ਲ ਆ ਕੇ ਤੁਸੀਂ ਦੁਬਾਰਾ ਵੀਜ਼ਾ ਲੈ ਸਕਦੇ ਹੋ, ਬਟ ਆਪਣੀ ਕੋਸ਼ਿਸ਼ ਰੱਖੋ ਕਿ ਜਦੋਂ ਇੱਕ ਰਿਫਿਊਜ਼ਲ ਆਉਂਦੀ ਹੈ ਤਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਰਿਫਿਊਜ਼ਲ ਦਾ ਕਾਰਨ ਆਇਆ ਕਿਉਂ ਹੈ, ਕਿਸ ਕਰਕੇ ਆਇਆ, ਅਤੇ ਦੁਬਾਰਾ ਉਸੇ ਕਾਰਨ ਦੀ ਕਾਟ ਕੱਢਦੇ ਹੋਏ ਆਪਣਾ ਅਪਲਾਈ ਕਰੋ। ਕਿਉਂਕਿ ਮੈਂ ਹਮੇਸ਼ਾ ਦੱਸਿਆ ਕਿ ਰਿਫਿਊਜ਼ਲ ਕੋਈ ਕ੍ਰਾਈਮ ਨਹੀਂ ਹੈ, ਅਗਰ ਇੱਕ ਰਿਜੈਕਸ਼ਨ ਆ ਗਈ ਤੁਸੀਂ ਕਿਤੇ ਵੀ ਕੋਈ ਕੁਝ ਅਪਲਾਈ ਕਰਦੇ ਹੋ ਤੇ ਡਾਕੂਮੈਂਟ ਕੰਪਲੀਟ ਨਹੀਂ ਹੁੰਦਾ ਤਾਂ ਰਿਜੈਕਟ ਹੋ ਜਾਂਦਾ, ਤੁਸੀਂ ਦੁਬਾਰਾ ਉਸ ਚੀਜ਼ ਨੂੰ ਫਾਈਲ ਨੂੰ ਕੰਪਲੀਟ ਕਰਕੇ ਲਾਓ ਤੇ ਵੀਜ਼ਾ ਆ ਸਕਦਾ।
ਕਿੰਨੇ ਕਿਤੇ ਸਟੂਡੈਂਟ ਨਾ ਜਿਹੜੇ ਸਟੂਡੈਂਟਸ ਅਗਰ ਅਸੀਂ ਵੇਖੀਏ ਕਨਫਿਊਜ਼ ਹੁੰਦੇ ਨੇ ਖੁਦ ਕਿ ਹਾਂਜੀ ਅਸੀਂ ਅਪਲਾਈ ਕਰ ਰਹੇ ਕਿਸ ਤਰੀਕੇ ਨਾਲ ਕਰ ਰਹੇ ਕਿਵੇਂ ਨਹੀਂ ਅਪਲਾਈ ਕਰ ਰਹੇ ਹਾਂ। ਤੁਸੀਂ ਦੇਖੋ ਜਲਦਬਾਜ਼ੀ ਨਹੀਂ ਕਰਨੀ ਹੈ, ਸੋਚ ਸਮਝ ਕੇ ਅਪਲਾਈ ਕਰਨਾ। ਮੈਂ ਤਾਂ ਕਈ ਵਾਰ ਸਟੂਡੈਂਟ ਨੂੰ ਰੋਕ ਵੀ ਦਿੰਦੀ ਕਿ ਤੁਹਾਨੂੰ 2 ਮਹੀਨੇ ਰੁਕਣਾ ਪਏਗਾ, ਬਿਕੋਜ਼ ਤੁਹਾਨੂੰ ਇਸ ਇਨਟੇਕ ਵਿੱਚ ਅਪਲਾਈ ਕਰਨਾ ਪਏਗਾ, ਇਸ ਇਨਟੇਕ ਵਿੱਚ ਇਹ ਕੋਰਸ ਮਿਲ ਪਾਏਗਾ, ਤੇ ਤੁਸੀਂ ਟੂ ਮੰਥਸ ਆਪਣਾ ਵੇਟ ਕਰੋ। ਤੇ ਉੱਥੇ ਕੀ ਹੈ ਕਿ ਦੇਖੋ ਸਿੱਧੀ ਨਾ ਕਰਨੀ ਵਧੀਆ ਰਹਿੰਦੀ ਹੈ, ਬਿਕੋਜ਼ ਬੱਚੇ ਨੂੰ ਸਮਝਾਉਣਾ ਵੀ ਪੈਂਦਾ ਉਸ ਚੀਜ਼ ਨੂੰ। ਮੈਂ ਕਲੀਅਰ ਵੀ ਕਰਦੀ ਹਾਂ ਕਿ ਇਹਦਾ ਕਾਰਨ ਇਹ ਹੈਗਾ। ਸਭ ਤੋਂ ਵੱਡੀ ਇਤਰਾਜ਼ ਇਹ ਬੱਚਾ ਰੁਕਣਾ ਪਸੰਦ ਨਹੀਂ ਕਰਦਾ, ਉਹ ਕਹਿੰਦਾ ਨਹੀਂ ਜੀ ਇਸੇ ਇਨਟੇਕ ਦੇ ਵਿੱਚ। ਹਾਂਜੀ, ਐਵੇਂ ਦੇ ਕੇਸਿਸ ਵੀ ਆਏ ਨੇ ਕਿ ਜਦੋਂ ਮੈਂ ਐਪਲੀਕੈਂਟ ਨੂੰ ਮਨਾ ਕੀਤਾ ਕਿ ਤੁਸੀਂ ਐਲੀਜੀਬਲ ਨਹੀਂ ਹੋ ਇਸ ਕੰਟਰੀ ਲਈ, ਐਲੀਜੀਬਲ ਨਹੀਂ ਹੋ, ਤੇ ਦੂਜੇ ਕੰਸਲਟੈਂਟ ਕੋਲ ਜਾ ਕੇ ਅਪਲਾਈ ਕੀਤਾ, ਰਿਫਿਊਜ਼ਲ ਆਈ, ਫਿਰ ਸਾਡੇ ਕੋਲ ਆਏ। ਕਿਉਂਕਿ ਸਮਟਾਈਮਸ ਹੁੰਦਾ ਕਿ ਸਾਨੂੰ ਲੱਗਦਾ ਤੁਸੀਂ ਕੈਨੇਡਾ ਲਈ ਐਲੀਜੀਬਲ ਹੀ ਨਹੀਂ ਹੋ, ਤੁਹਾਡਾ ਕੇਸ ਲੱਗ ਹੀ ਨਹੀਂ ਸਕਦਾ, ਤੁਹਾਨੂੰ ਫਿਰ ਅੱਗੇ ਅਸੀਂ ਆਪਸ਼ਨ ਦਿੰਦੇ ਸੀ ਪੋਲੈਂਡ ਅਪਲਾਈ ਕਰ ਲਓ, ਤੇ ਬੱਚੇ ਨੂੰ ਲੱਗਦਾ ਕਿ ਨਹੀਂ ਮੈਨੂੰ ਫਲਾਣੇ ਕੰਸਲਟੈਂਟ ਨੇ ਕਿਹਾ ਸੀਗਾ ਅਪਲਾਈ ਹੋ ਸਕਦਾ। ਦੇਖੋ ਜੀ ਅਪਲਾਈ ਤਾਂ ਮੈਂ ਵੀ ਕਰ ਦਾਂਗੀ, ਅਪਲਾਈ ਤਾਂ ਕੋਈ ਵੀ ਕਰ ਦੇਗਾ, ਵੀਜ਼ਾ ਲੈਣਾ ਟਫ ਹੁੰਦਾ, ਐਲੀਜੀਬਿਲਟੀ ਵੇਖਣੀ ਪੈਂਦੀ ਹੈ ਕਿ ਤੁਹਾਡੀ ਐਲੀਜੀਬਿਲਟੀ ਬਣ ਰਹੀ ਕਿ ਨਹੀਂ। ਜਦੋਂ ਸਟੂਡੈਂਟ ਨੂੰ ਸਾਹਮਣੇ ਮੈਂ ਚੈੱਕਲਿਸਟ ਰੱਖ ਕੇ ਵੀ ਅਗਰ ਮੇਰੀ ਟੀਮ ਦਿਖਾ ਰਹੀ ਹੈ ਕਿ ਆਹ ਦੇਖੋ ਆਹ ਚੈੱਕਲਿਸਟ ਦੇ ਆਹ ਡਾਕੂਮੈਂਟੇਸ਼ਨਸ ਹੈ, ਉਹਦੇ ਵਿੱਚ ਅਗਰ ਤੁਹਾਡੇ ਸਾਰੇ ਕਲੀਅਰ ਹੋ ਰਹੇ ਨੇ, ਸਾਰੇ ਡਾਕੂਮੈਂਟ ਤੁਸੀਂ ਪ੍ਰੋਵਾਈਡ ਕਰ ਸਕਦੇ ਹੋ, ਉਸ ਅਕੋਰਡਿੰਗ ਹੈਗੇ ਨੇ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਬਟ ਉਸ ਚੈੱਕਲਿਸਟ ਦੇ ਅਕੋਰਡਿੰਗ ਅਗਰ ਤੁਹਾਨੂੰ ਦਿਖ ਰਿਹਾ ਕਿ ਹਾਂਜੀ ਤੁਸੀਂ ਉਸ ਉਹਦੇ ਵਿੱਚ ਐਲੀਜੀਬਲ ਨਹੀਂ ਹੋ, ਅਗਰ ਤੁਹਾਡਾ ਗੈਪ ਹੀ 5 ਸਾਲ ਦਾ, ਤਾਂ ਮੈਂ ਤੁਹਾਡਾ ਕਿਵੇਂ ਕੈਨੇਡਾ ਵਿੱਚ ਅਪਲਾਈ ਕਰ ਦਾਂਗੀ, ਤੁਸੀਂ ਕੁਝ ਕੀਤਾ ਵੀ ਨਾ ਹੋਏ, ਤੇ ਉਹਦੇ ਵਿੱਚ ਤੁਹਾਨੂੰ ਕੰਟਰੀ ਦੇ ਵਿੱਚ ਵੇਖਣਾ ਪੈਂਦਾ। ਕਿਹੜੇ ਮੇਨ ਰੀਜ਼ਨ ਰਹਿੰਦੇ ਨੇ ਜਿਨ੍ਹਾਂ ਕਰਕੇ ਇੱਕ ਕੰਸਲਟੈਂਟ ਮਨਾ ਕਰ ਦਿੰਦਾ ਬੱਚੇ ਨੂੰ ਵੀ, ਨਹੀਂ ਥੋੜਾ ਜਨਰਲ ਵੀ ਨਹੀਂ ਲੱਗ ਸਕਦਾ? ਹਾਂਜੀ, ਜਿਹਦੇ ਵਿੱਚ ਬੱਚੇ ਦੇ 5-4 ਸਾਲ ਦਾ ਗੈਪ ਹੋਏ, ਕੁਝ ਕੀਤਾ ਨਾ ਹੋਏ, ਜਸਟੀਫਿਕੇਸ਼ਨ ਨਾ ਹੋਵੇ, ਪਰਸੈਂਟੇਜ ਬਹੁਤ ਜ਼ਿਆਦਾ ਲੋ ਹੈ, ਤੇ ਕਿਤਨਾ ਕਿਤੇ ਜਿਹੜੇ ਫੰਡਸ ਆ ਉਹ ਸ਼ੋਅ ਨਹੀਂ ਕਰ ਸਕਦਾ 13-14 ਲੱਖ ਰੁਪਏ। ਉਹ ਕਹਿੰਦਾ ਮੈਮ ਮੇਰੇ ਕੋਲ ਫੰਡਸ ਤਾਂ ਬਹੁਤ ਘੱਟ ਹੈਗੇ ਨੇ, 6-7 ਲੱਖ ਹੈ ਸਿਰਫ, ਮੈਂ ਹੋਰ ਵੇਖਦਾ ਹਾਂ ਕੁਝ ਕਰਦਾ। ਉਹ ਕੁਝ ਕਰਦਾ ਮਤਲਬ ਤਾਂ ਫਿਰ ਤੁਸੀਂ ਅਨਜਨਵਨ ਫੰਡਸ ਦਿਖਾਓਗੇ, ਉੱਥੇ ਬੱਚਿਆਂ ਨੂੰ ਦੱਸਿਆ ਜਾਂਦਾ ਕਿ ਦੇਖੋ ਕਿ ਤੁਹਾਡੇ ਕੋਲ 7-8 ਲੱਖ ਆਪਣੇ ਫੰਡਸ ਹੈ ਨਾ, ਤੇ ਉਹ ਜਨਵਨ ਫੰਡਸ ਨਾਲ ਤੁਸੀਂ ਪੋਲੈਂਡ ਦੀ ਚੋਣ ਕਰ ਲਓ, ਉਸ ਕੰਟਰੀ ਦੀ ਕੰਟਰੀ ਨੂੰ ਚੂਜ਼ ਕਰ ਲਓ, ਬਿਕਾਜ਼ ਸਟੱਡੀ ਬਰਾਬਰ ਹੈ, ਇੰਟਰਨੈਸ਼ਨਲ ਲੈਵਲ ਦੀ ਸਟੱਡੀ ਤੁਸੀਂ ਕਰ ਰਹੇ ਹੋ, ਚਾਹੇ ਪੋਲੈਂਡ ਜਾ ਰਹੇ ਹੋ ਚਾਹੇ ਕੈਨੇਡਾ ਜਾ ਰਹੇ ਹੋ। ਪਰ ਮਨ 'ਚ ਜਾਂ ਦਿਮਾਗ 'ਚ ਕਹਿ ਲਈਏ ਕਿਤੇ ਨਾ ਕਿਤੇ ਵੱਸ ਜਾਂਦਾ ਵੀ ਨਹੀਂ ਸਿਰਫ ਕੈਨੇਡਾ ਹੀ ਜਾਣਾ, ਕੈਨੇਡਾ ਹੀ ਜਾਣਾ। ਤੇ ਉੱਥੇ ਮੈਂ ਕਹਾਂਗੀ ਤੁਸੀਂ ਆਪਣੀ ਦੇਖੋ ਸਟੱਡੀ ਪੋਲੈਂਡ ਦੇ ਵਿੱਚ ਵੀ ਕਰਕੇ, ਕਿਉਂਕਿ ਅਗਰ ਇੱਕ ਤਰੀਕੇ ਨਾਲ ਤੁਸੀਂ ਚੱਲਦੇ ਹੋ ਆਪਣੀ ਜ਼ਿੰਦਗੀ ਦੇ 2-3 ਸਾਲ ਅਗਰ ਤੁਸੀਂ ਕਿਸੇ ਵੀ ਕੰਟਰੀ ਨੂੰ ਦਿੰਦੇ ਹੋ, ਰੂਲ ਰੈਗੂਲੇਸ਼ਨ ਨੂੰ ਫੋਲੋ ਕਰਦੇ ਹੋ, ਤਾਂ ਅੱਗੇ ਫਿਊਚਰ ਤੁਹਾਡਾ ਬ੍ਰਾਈਟ ਹੋ ਜਾਂਦਾ। ਤੁਸੀਂ ਪੋਲੈਂਡ ਵਿੱਚ ਜਾ ਕੇ ਵੀ 2-3 ਸਾਲ ਦੀ ਸਟੱਡੀ ਆਰਾਮ ਨਾਲ ਕਰਦੇ ਹੋ, ਰੂਲ ਰੈਗੂਲੇਸ਼ਨ ਨੂੰ ਫੋਲੋ ਕਰਦੇ ਹੋ, ਤੇ ਅੱਗੇ ਤੁਹਾਨੂੰ ਆਪਸ਼ਨ ਤੇ ਓਪਰਚੁਨਿਟੀ ਜ਼ਰੂਰ ਮਿਲਦੀਆਂ ਨੇ ਵਧੀਆ। ਜਿਵੇਂ ਇੱਕ ਬੱਚਾ ਜ਼ਿਆਦਾਤਰ ਦੇਖਿਆ ਵੀ ਜਦੋਂ ਰਿਜੈਕਟ ਹੁੰਦਾ ਮੇਨ ਰੀਜ਼ਨ ਰਹਿੰਦਾ ਨਾਨ ਰੈਲੇਵੈਂਟ ਆਫ ਕੋਰਸ, ਬਿਲਕੁਲ, ਜਾਂ ਇੱਕ ਅਦਰ ਰੀਜ਼ਨ ਤੇ ਟਿਕ ਹੁੰਦਾ। ਇਹ ਜਦੋਂ ਬੱਚੇ ਤੁਹਾਡੇ ਕੋਲ ਆਉਂਦੇ ਨੇ ਦੁਬਾਰਾ ਜਨਰਲ ਦੇ ਵਿੱਚ ਅਪਲਾਈ ਕਰਨ, ਤਾਂ ਕਿਹਨਾਂ ਚੀਜ਼ਾਂ ਵੱਲ ਗੌਰ ਕਰਕੇ ਫਾਈਲਿੰਗ ਕੀਤੀ ਜਾਂਦੀ ਹੈ ਜਿਹਦੇ ਕਰਕੇ ਸਕਸੈਸ ਰੇਟ ਵਧੀਆ ਆਉਂਦਾ? ਸਰ ਦੇਖੋ, ਫਸਟ ਜਦੋਂ ਇੱਕ ਰਿਫਿਊਜ਼ਲ ਆਉਂਦੀ ਹੈ ਤਾਂ ਮੈਂ ਰਿਫਿਊਜ਼ ਲੈਟਰ ਵੇਖਦੀ ਹਾਂ, ਜਿਵੇਂ ਤੁਸੀਂ ਦੱਸਿਆ ਕਿ ਹਾਂਜੀ ਕੋਰਸ ਦੀ ਰਿਫਿਊਜ਼ਲ ਹੈ, ਤਾਂ ਮੈਂ ਕੋਰਸ ਚੇਂਜ ਕਰਦੀ ਹਾਂ। ਜਿੱਥੇ ਕੋਰਸ ਅਸੀਂ ਪ੍ਰੋਵਾਈਡ ਕਰਦੇ ਹਾਂ ਬੱਚੇ ਨੂੰ, ਕਾਲਜ ਪ੍ਰੋਸਪੈਕਟਸ ਵਿੱਚ ਅਸੀਂ ਵੇਖਦੇ ਕਿ ਬੱਚੇ ਦੀ ਜਿਹੜੀ ਕਾਲਜ ਨੇ ਕੋਰਸ ਦੇ ਅਕੋਰਡਿੰਗ ਕਿਹੜੀ ਰਿਕੁਆਇਰਮੈਂਟਸ ਮੰਗੀਆਂ ਨੇ ਤੇ ਬੱਚਾ ਫੁਲਫਿਲ ਕਰ ਰਿਹਾ। ਉਹਦੇ ਵਿੱਚ ਸਟੂਡੈਂਟ ਨੂੰ ਜਿਵੇਂ ਕਿ ਆਰਟ ਸਟੂਡੈਂਟ ਆ, ਉਹਦੇ ਕੋਲ ਆਪਸ਼ਨਸ ਹੁੰਦੀਆਂ ਨੇ ਕਿ ਉਹ ਜਨਰਲ ਕੈਟੇਗਰੀ ਦੇ ਵਿੱਚ ਅਰਲੀ ਚਾਈਲਡਹੁੱਡ ਦਾ ਕੋਰਸ ਵੀ ਲੈ ਸਕਦਾ, ਆਫਿਸ ਐਡਮਿਨਿਸਟ੍ਰੇਸ਼ਨ ਐਗਜ਼ੀਕਟਿਵ ਦਾ ਕੋਰਸ ਵੀ ਲੈ ਸਕਦਾ, ਜਿਹਦੇ ਵਿੱਚ ਮੈਥਮੈਟਿਕਸ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ, ਤੁਸੀਂ ਮੈਥਮੈਟਿਕਸ ਤੋਂ ਬਿਨਾਂ ਅਪਲਾਈ ਕਰ ਸਕਦੇ ਹੋ। ਤੇ ਉਹ ਕੋਰਸਿਸ ਵੇਖੇ ਜਾਂਦੇ ਨੇ, ਜਿਹੜੇ ਮੈਥਮੈਟਿਕਸ ਦੇ ਨਾਲ ਕੋਰਸਿਸ ਆ ਉਹ ਵੇਖੇ ਜਾਂਦੇ ਨੇ, ਕਿਉਂਕਿ ਦੇਖੋ ਕੈਨੇਡਾ ਦੇ ਵਿੱਚ ਜਿਹੜੀ ਸਿਟੀਜ਼ ਹੈਗੀਆਂ ਨੇ, ਟੋਰਾਂਟੋ, ਸਿਟੀ ਆਫ ਲੰਡਨ, ਵੈਨਕੂਵਰ, ਇਹਦੇ ਵਿੱਚ ਤੁਹਾਨੂੰ ਦੇਖਣਾ ਪੈਂਦਾ ਕਿ ਜਿਸ ਵੀ ਸਿਟੀ ਵਿੱਚ ਅਸੀਂ ਅਪਲਾਈ ਕਰ ਰਹੇ ਹੋ, ਉਸ ਸਿਟੀ ਦੀ ਕੀ ਰਿਕੁਆਇਰਮੈਂਟ ਹੈਗੀ ਹੈ, ਉੱਥੇ ਦੇ ਕਾਲਜਿਸ ਕਿੰਨੇ ਸਟ੍ਰਿਕਟ ਹੈਗੇ ਨੇ ਤੇ ਕੀ ਰਿਕੁਆਇਰਮੈਂਟ ਮੰਗ ਰਹੇ ਨੇ, ਬਿਕਾਜ਼ ਇਹ ਵੀ ਕਾਫੀ ਹੱਦ ਤੱਕ ਡਿਪੈਂਡ ਕਰਦਾ। ਤੇ ਉਹ ਵੇਖਣ ਤੋਂ ਬਾਅਦ ਅਸੀਂ ਬੱਚੇ ਨੂੰ ਦੱਸਦੇ ਤੁਸੀਂ ਇਸ ਕੋਰਸ ਵਿੱਚ ਜਾ ਸਕਦੇ ਹੋ, ਇੰਨੇ ਕੁ ਤੁਹਾਨੂੰ ਫੰਡ ਸ਼ੋ ਕਰਨੇ ਪੈਣਗੇ, ਪੇਰੈਂਟਸ ਦੇ ਇਨਕਮ ਸੋਰਸ ਜਿਹੜਾ ਹੈਗਾ ਉਹ ਵੀ ਸ਼ੋ ਕਰਨਾ ਪਏਗਾ। ਜਿਨ੍ਹਾਂ ਬੱਚਿਆਂ ਦੀ ਪਹਿਲਾਂ ਰਿਫਿਊਜ਼ਲ ਐਸਐਪੀ ਤੋਂ ਆਈ ਹੈ ਤੇ ਉਹਨਾਂ ਨੇ ਜੋ ਵੀ ਐਸਐਪੀ ਦੇ ਵਿੱਚ ਡਿਟੇਲ ਦਿੱਤੀ ਸੀਗੀ ਉਸੇ ਡਿਟੇਲ ਦੇ ਅਕੋਰਡਿੰਗ ਡਾਕੂਮੈਂਟਸ ਅਰੇਂਜ ਕਰਨੇ ਪੈਣਗੇ, ਤੇ ਉਹ ਡਾਕੂਮੈਂਟਸ ਲਾਣੇ ਪੈਣਗੇ ਜੋ ਕਿ ਐਵੀਡੈਂਸ ਦੇ ਅਕੋਰਡਿੰਗ ਐਵੀਡੈਂਸ ਦੇ ਰਾਹੀਂ ਲੱਗਣਗੇ, ਤੇ ਉਹਨਾਂ ਡਾਕੂਮੈਂਟਸ ਦੇ ਨਾਲ ਤੁਹਾਡਾ ਕੈਨੇਡਾ ਵਿੱਚ ਜਨਰਲ ਦੇ ਵਿੱਚ ਅਪਲਾਈ ਹੋ ਜਾਂਦਾ ਹੈ। ਦੂਜੀ ਗੱਲ ਮੈਂ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਪਲੈਨਟ ਬੁਲ ਸਿਰਫ ਇੱਕੋ ਕੰਪਨੀ ਹੈ ਮੋਹਾਲੀ ਦੇ ਵਿੱਚ, 2 ਫੇਸ ਦੇ ਵਿੱਚ ਸਾਡੀ ਸਿਰਫ ਇੱਕੋ ਇੱਕ ਕੰਪਨੀ ਹੈ, ਇੱਕੋ ਬ੍ਰਾਂਚ ਹੈ ਪਲੈਨਟ ਬੁਲ। ਕਿਤੇ ਵੀ ਤੁਸੀਂ ਗਲਤ ਜਿਹੜਾ ਕਿ ਪਲੈਨਟ ਬੁਲ ਸੇਮ ਕੰਪਨੀ ਸਮਝ ਕੇ, ਮੈਂ ਕਹਾਂਗੀ ਪਲੈਨਟ ਬੁਲਸ ਨਹੀਂ, ਮੇਰੇ ਖਿਆਲ ਮਿਲਦਾ ਜੁਲਦਾ ਨਾਮ ਦੀ ਕੰਪਨੀ ਹੈ, ਕੰਪਨੀਜ਼ ਹੈ, ਤੇ ਉੱਥੇ ਬੱਚਾ ਕਿਤੇ ਤੇ ਕਨਫਿਊਜ਼ ਹੋ ਜਾਂਦਾ। ਤੇ ਸਾਡੀ ਪਲੈਨਟ ਬੁਲਸ ਇੱਕੋ ਕੰਪਨੀ ਹੈ ਜਿਹੜੀ ਕਿ ਮੋਹਾਲੀ 2 ਫੇਸ ਦੇ ਵਿੱਚ ਹੈ। ਇਹ ਬਿਲਕੁਲ ਬੱਚਿਆਂ ਨੂੰ ਭੁਲੇਖਾ ਕਈ ਵਾਰੀ ਲੱਗ ਜਾਂਦਾ, ਬਟ 2 ਫੇਸ ਦੇ ਵਿੱਚ
ਤਾਂ ਹੀ ਮੈਂ ਤੁਹਾਨੂੰ ਕਹਿ ਰਹੀ ਕਿਤੇ ਵੀ ਕੁਝ ਹਾਈਡ ਨਾ ਕਰੋ, ਆਪਣੀ ਰੀਅਲ ਜੋ ਵੀ ਤੁਹਾਡੀ ਡਿਟੇਲਸ ਨੇ ਉਹ ਦੋ ਕੇਸ ਦੇ ਵਿੱਚ ਤੇ ਤੁਹਾਡਾ ਵੀਜ਼ਾ ਆ ਸਕਦਾ ਤੇ ਉਹਨਾਂ ਬੱਚਿਆਂ ਦੇ ਵੀਜ਼ਾ ਆਏ ਤੇ ਮੈਂ ਕਹਾਂਗੀ ਕਿ ਦੇਖੋ ਰਿਫਿਊਜ਼ਲ ਵਾਲੇ ਸਟੂਡੈਂਟਸ ਦੇ ਇੰਟਰਵਿਊਜ਼ ਵੀ ਤੁਹਾਨੂੰ ਦਿਖਾਏ ਜਾ ਰਹੇ ਨੇ, ਜਿਨ੍ਹਾਂ ਬੱਚਿਆਂ ਦੇ ਗੈਪ ਸੀ ਉਹ ਵੀ ਦਿਖਾਏ ਜਾ ਰਹੇ ਨੇ, ਜੀ ਬਿਲਕੁਲ, ਜਿਨ੍ਹਾਂ ਬੱਚਿਆਂ ਦਾ ਗੈਪ ਨਹੀਂ ਸੀ ਉਹਨਾਂ ਬੱਚਿਆਂ ਦੇ ਵੀ ਬਹੁਤ ਅੱਛੇ ਵੀਜ਼ਾ ਆ ਰਹੇ ਨੇ। ਮੈਂ ਉਹੀ ਕੁਝ ਬੱਚੇ ਜਿਹੜੇ ਆਲਰੇਡੀ ਕੁਝ ਰਿਕਾਰਡਿੰਗ ਕੀਤੀਆਂ ਨੇ ਜਿਹੜੇ ਪਲੈਨਟ ਬੁਲਜ਼, ਉਹ ਬੱਚਿਆਂ ਦੇ ਬਾਰੇ ਉਹਨਾਂ ਬਾਰੇ ਤੁਹਾਨੂੰ ਦੱਸਣਾ ਚਾਹੁੰਦੇ ਆ। ਬੱਚੇ ਆਪਣੇ ਬਾਰੇ ਆਪ ਹੀ ਦੱਸਣਗੇ, ਪਲੈਨਟ ਬੁਲਜ਼ ਬਾਰੇ ਵੀ ਦੱਸਣਗੇ, ਉਹਨਾਂ ਦੀ ਸਰਵਿਸਿਜ਼ ਬਾਰੇ ਦੱਸਣਗੇ, ਆਪਣੀ ਪ੍ਰੋਫਾਈਲ ਬਾਰੇ ਦੱਸਣਗੇ। ਮੈਂ ਵੀ ਸੁਣਨਾ ਚਾਹੁੰਦਾ ਜੀ, ਆਓ ਆਪਾਂ ਰਲ ਕੇ ਸੁਣਦੇ ਹਾਂ ਬੱਚਿਆਂ ਦੀ ਗੱਲਬਾਤ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਜਗਵੀਰ ਸਿੰਘ, ਡਿਸਟ੍ਰਿਕਟ ਲੁਧਿਆਣਾ। ਮੈਂ ਪਲੈਨਟ ਸਕੂਲ ਦੀ ਟੀਵੀ ਉੱਤੇ ਐਡ ਦੇਖੀ ਤੀ ਅਤੇ ਮੈਨੂੰ ਇਸ ਜਾਣ ਕੇ ਬਹੁਤ ਖੁਸ਼ੀ ਹੋਈ ਕਿ 5.5 ਬੈਂਡ 'ਤੇ ਵੀਜ਼ਾ ਲਾ ਰਹੇ ਨੇ। ਮੈਂ ਪਹਿਲਾਂ ਹੀ ਬਹੁਤ ਸਾਰੇ ਕੰਸਲਟੈਂਟ ਕੋਲ ਗਿਆ ਸੀ, ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਡਾ ਵੀਜ਼ਾ ਨਹੀਂ ਲੱਗ ਸਕਦਾ, ਅਤੇ ਮੈਂ ਆਪਣੇ ਪੇਰੈਂਟਸ ਨੂੰ ਇਸ ਬਾਰੇ ਦੱਸਿਆ ਅਤੇ ਉਹਨਾਂ ਨੇ ਕਿਹਾ, ਉਹਨਾਂ ਨੇ ਮੈਨੂੰ ਪੂਰੀ ਹੈਲਪ ਦਿੱਤੀ ਅਤੇ ਮੈਂ ਫਿਰ ਪਲੈਨਟ ਸਕੂਲ ਨੂੰ ਸਾਰੀਆਂ ਆਪਣੇ ਡਾਕੂਮੈਂਟ ਫਾਈਲਸ ਦੇਤੀਆਂ ਸੀਗੀਆਂ ਅਤੇ ਅੱਜ ਮੈਂ ਉਰੇ ਬਹੁਤ ਹੀ ਖੁਸ਼ ਹਾਂ ਕਿਉਂਕਿ ਤੁਸੀਂ ਦੇਖ ਸਕਦੇ ਹੋ ਮੇਰਾ ਵੀਜ਼ਾ ਪਾਸਪੋਰਟ 'ਤੇ ਮੇਰਾ ਵੀਜ਼ਾ ਲੱਗਿਆ ਹੋਇਆ। ਜੋ ਵੀ ਦੋਸਤ ਮੇਰੇ ਚਾਹੁੰਦੇ ਨੇ ਕਿ ਉਹਨਾਂ ਦਾ ਵੀਜ਼ਾ 5.5 ਬੈਂਡ 'ਤੇ ਲੱਗੇ, ਅਗਰ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਪਲੈਨਟ ਬੁਲ ਕੋਲ ਆ ਕੇ ਆਪਣਾ ਸਾਰੇ ਡਾਕੂਮੈਂਟ ਦੇ ਕੇ ਇਹਨਾਂ ਤੋਂ ਆਪਣਾ ਵੀਜ਼ਾ ਲਗਾ ਸਕਦੇ ਹੋ। ਅਤੇ ਅੱਜ ਮੇਰੇ ਨਾਲ ਪੇਰੈਂਟਸ ਕਰ ਰਹੇ ਨੇ ਜੋ ਕਿ ਮੇਰੇ ਨਾਲ ਬਹੁਤ ਖੁਸ਼ ਨੇ, ਅੱਜ ਮੈਂ ਵੀ ਬਹੁਤ ਖੁਸ਼ ਹਾਂ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਦਿਲਸ਼ੇਰ ਸਿੰਘ ਅਤੇ ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਹਾਂ ਅਤੇ ਮੇਰੇ ਆਇਲਸ ਵਿੱਚ 5.5 ਬੈਂਡ ਨੇ ਅਤੇ ਮੇਰਾ ਕਿਤੇ ਅਪਲਾਈ ਨਹੀਂ ਸੀ ਹੋ ਰਿਹਾ ਅਤੇ ਮੈਂ ਇੱਕ ਦਿਨ ਟੀਵੀ ਵਿੱਚ ਪਲੈਨਟ ਬੁਲ ਵਾਲਿਆਂ ਦੀ ਐਡ ਦੇਖੀ ਅਤੇ ਮੈਂ ਇਹਨਾਂ ਨੂੰ ਕਾਲ ਕੀਤੀ ਅਤੇ ਇਹਨਾਂ ਨੂੰ ਇਹਨਾਂ ਨੇ ਮੈਨੂੰ ਸਲਾਹ ਦਿੱਤੀ ਕਿ ਤੁਸੀਂ ਆਪਣੇ ਪੇਰੈਂਟਸ ਨਾਲ ਇੱਕ ਵਾਰੀ ਇੱਥੇ ਵਿਜ਼ਿਟ ਕਰੋ ਅਤੇ ਮੈਂ ਉੱਥੇ ਗਿਆ। ਇਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਅਤੇ ਮੈਂ ਇੱਥੋਂ ਫਾਈਲ ਅਪਲਾਈ ਕੀਤੀ ਅਤੇ ਸਾਰਾ ਸਟਾਫ ਬਹੁਤ ਕੋਪਰੇਟਿਵ ਹੈ ਜੀ ਅਤੇ ਅੱਜ ਮੇਰਾ ਵੀਜ਼ਾ ਆ ਚੁੱਕਿਆ ਹੈ ਅਤੇ ਮੈਂ ਬਹੁਤ ਖੁਸ਼ ਹਾਂ। ਮੈਂ ਸਾਰੇ ਦੋਸਤਾਂ ਨੂੰ ਕਹਿੰਦਾ ਵੀ ਤੁਸੀਂ ਵੀ ਇੱਥੋਂ ਫਾਈਲ ਲਗਵਾ। ਹੈਲੋ ਫਰੈਂਡਸ, ਮੇਰਾ ਨਾਮ ਗਗਨਦੀਪ ਸਿੰਘ ਹੈ ਅਤੇ ਮੈਂ ਹਰਿਆਣਾ ਦੇ ਸ਼ਾਹਬਾਦ ਦਾ ਰਹਿਣ ਵਾਲਾ ਹਾਂ। ਮੇਰਾ ਸ਼ੁਰੂ ਤੋਂ ਇੱਕ ਡ੍ਰੀਮ ਸੀ ਕਿ ਮੈਂ ਆਪਣੀ ਫਰਦਰ ਸਟੱਡੀ ਕੈਨੇਡਾ ਵਿੱਚ ਕੰਪਲੀਟ ਕਰ ਸਕਾਂ, ਤਾਂ ਬਟ ਮੇਰਾ ਆਈਲੈਟਸ ਵਿੱਚ 5.5 ਸਕੋਰ ਸੀ ਜਿਸ ਕਾਰਨ ਮੈਂ ਕੈਨੇਡਾ ਲਈ ਅਪਲਾਈ ਨਹੀਂ ਕਰ ਸਕਦਾ ਸੀ। ਇੱਕ ਦਿਨ ਮੈਂ ਟੀਵੀ 'ਤੇ ਪਲੈਨਟ ਬੁਲ ਵਾਲਿਆਂ ਦੀ ਐਡ ਦੇਖੀ ਜਿਸ ਵਿੱਚ ਮੈਂ ਉਹਨਾਂ ਦਾ ਫੋਨ ਨੰਬਰ ਆਪਣੇ ਫੋਨ ਵਿੱਚ ਸੇਵ ਕਰ ਲਿਆ ਅਤੇ ਅਗਲੇ ਦਿਨ ਮੈਂ ਉਹਨਾਂ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ। ਫਿਰ ਅਗਲੇ ਦਿਨ ਮੈਂ ਆਪਣੇ ਪੇਰੈਂਟਸ ਦੇ ਨਾਲ ਉੱਥੇ ਵਿਜ਼ਿਟ ਕੀਤਾ ਅਤੇ ਉਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਜਿਸ ਕਾਰਨ ਅੱਜ ਮੇਰਾ ਵੀਜ਼ਾ ਆ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਮੇਰਾ ਵੀਜ਼ਾ। ਮੈਂ ਤਾਂ ਇਹਨਾਂ ਇਹੀ ਕਹਿਣਾ ਚਾਹੂੰਗਾ ਕਿ ਤੁਸੀਂ ਵੀ 5.5 'ਤੇ ਕੈਨੇਡਾ ਲਈ ਅਪਲਾਈ ਕਰ ਸਕਦੇ ਹੋ। ਮਾਈ ਨੇਮ ਇਜ਼ ਸੁਹੀਰ ਸਿੰਘ, ਆਈ ਬਿਲੋਂਗ ਟੂ ਜਗਰਾਉਂ ਜੀ। ਮੈਂ ਪਲੈਨਟ ਸਕੂਲ ਵਾਲਿਆਂ ਦੀ ਐਡ ਦੇਖੀ ਸੀ ਟੀਵੀ 'ਤੇ ਅਤੇ ਮੈਂ ਆਪਣੇ ਫਰੈਂਡਸ ਤੋਂ ਵੀ ਕਈਆਂ ਤੋਂ ਪੁੱਛਿਆ ਸੀਗਾ ਕਿ ਮੈਂ ਫਾਈਲ ਲਗਵਾਉਣੀ ਆ, ਪਰ ਉਹਨਾਂ ਨੇ ਕਿਹਾ ਕਿ ਤੇਰੀ ਫਾਈਲ ਲੱਗਣੀ ਨਹੀਂ 5.5 ਬੈਂਡ 'ਤੇ। ਪਰ ਮੈਂ ਪਲੈਨਟ ਸਕੂਲ ਵਾਲਿਆਂ ਨਾਲ ਗੱਲਬਾਤ ਕੀਤੀ ਅਤੇ ਮੈਂ ਫੈਮਿਲੀ ਨਾਲ ਉਹਨਾਂ ਕੋਲ ਗਿਆ ਅਤੇ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਕੀ ਡਾਕੂਮੈਂਟ ਚਾਹੀਦੇ ਆ ਕਿ ਤੇਰਾ ਲੱਗ ਸਕਦਾ ਵਾ। ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ 99% ਪੱਕਾ ਕਿ ਵੀਜ਼ਾ ਆਊਗਾ ਅਤੇ ਜੀ ਮੇਰਾ 2 ਸਾਲ ਦਾ ਗੈਪ ਵੀ ਸੀਗਾ ਅਤੇ ਪਰ ਜੀ ਮੇਰੀ ਫਾਈਲ ਸਟਰੋਂਗ ਹੋਣ ਕਰਕੇ ਜੀ ਮੇਰਾ ਵੀਜ਼ਾ ਆ ਗਿਆ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਸਪੀਤ ਕੌਰ ਗਿੱਲ ਫਰੋਮ ਮੁੱਲਾਪੁਰ। ਮੈਂ ਪਲੈਨਟ ਬੁਲਸ ਦੀ ਟੀਵੀ ਵਿੱਚ ਐਡ ਦੇਖੀ ਅਤੇ ਫਿਰ ਮੈਂ ਇੱਥੇ ਵਿਜ਼ਿਟ ਕੀਤਾ ਕਿਉਂਕਿ ਮੇਰੇ ਮਨ ਵਿੱਚ ਕਿਤੇ ਨਾ ਕਿਤੇ ਡਾਊਟ ਸੀ ਕਿ 5.5 ਨਾਲ ਵੀਜ਼ਾ ਲੱਗਣਾ ਥੋੜ੍ਹਾ ਮੁਸ਼ਕਿਲ ਹੈ, ਬਟ ਇਹਨਾਂ ਨੇ ਮੈਨੂੰ ਬਹੁਤ ਵਧੀਆ ਸਰਵਿਸ ਪ੍ਰੋਵਾਈਡ ਕੀਤੀ ਅਤੇ ਅੱਜ ਮੇਰਾ ਵੀਜ਼ਾ ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਵਿੱਚ ਹੈ ਅਤੇ ਇਹਨਾਂ ਦਾ ਸਟਾਫ ਨੇ ਬਹੁਤ ਕੋਆਪਰੇਟ ਕੀਤਾ ਮੇਰੇ ਨਾਲ ਅਤੇ ਮੈਨੂੰ ਵਧੀਆ ਕੋਰਸ ਦੀ ਸਿਲੈਕਸ਼ਨ ਐਂਡ ਕਾਲਜ ਦੀ ਸਿਲੈਕਸ਼ਨ ਕਰਕੇ ਦਿੱਤੀ। ਥੈਂਕ ਯੂ। ਮੇਰਾ ਨਾਮ ਬਚਿੱਤਰ ਸਿੰਘ ਹੈ, ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ। ਮੈਂ ਟੀਵੀ 'ਤੇ ਸ਼ੋਅ ਦੇਖਿਆ ਪਲੈਨਟ ਸਕੂਲ ਦਾ, ਦੈਨ ਮੈਂ ਮੈਮ ਨਾਲ ਕੰਟੈਕਟ ਕੀਤਾ ਐਂਡ ਮੈਮ ਨੇ ਮੈਨੂੰ ਗਾਈਡ ਕੀਤਾ ਤੁਸੀਂ ਸਿੰਗਾਪੁਰ ਲਈ ਵਿਜੀਬਲ ਹੈਗੇ ਬਿਕੋਜ਼ ਮੈਂ ਆਈ 2 ਈਅਰ ਗੈਪ ਇਨ ਸਟੱਡੀ। ਫਿਰ ਮੈਮ ਨੇ ਦੱਸਿਆ ਵੀ ਸਿੰਗਾਪੁਰ ਦੇ ਵਿੱਚ ਗੈਪ ਸੈਟੇਬਲ ਹੈਗਾ ਵਾ, ਦੈਨ ਅਸੀਂ ਅਪਲਾਈ ਕੀਤਾ ਸਿੰਗਾਪੁਰ ਲਈ, ਦੈਨ ਆਈ ਗੋਟ ਦਾ ਵੀਜ਼ਾ। ਅੱਜ ਮੈਂ ਬਹੁਤ ਖੁਸ਼ ਹਾਂ ਬਿਕੋਜ਼ ਮੇਰਾ ਵੀਜ਼ਾ ਆ ਚੁੱਕਾ ਹੈ ਸਵਾਗਤ ਹੈ। ਉਹ ਸਟੂਡੈਂਟਸ ਅਗਰ ਸਾਡੇ ਕੋਲ ਆਉਂਦੇ ਨੇ ਤੇ ਆਪਣੀ ਪ੍ਰੈਕਟਿਸ ਪਹਿਲਾਂ ਹੀ ਸ਼ੁਰੂ ਕਰ ਦੇਣਗੇ ਤੇ ਉਹ ਉਹਨਾਂ ਲਈ ਬਹੁਤ ਵਧੀਆ ਸੌਖਾ ਰਹੇਗਾ ਤੇ ਸਾਡੇ ਲਈ ਵੀ ਸੌਖਾ ਰਹੇਗਾ ਕਿ ਬੱਚੇ ਦਾ ਗੈਪ ਨਹੀਂ ਬਣੇਗਾ, ਕਿਉਂਕਿ ਇੱਕ ਐਪਲੀਕੈਂਟ ਜਦੋਂ ਕੈਨੇਡਾ ਜਾਣ ਲਈ ਸੋਚਦਾ ਤੇ ਉਹਨੂੰ ਕਾਫੀ ਪ੍ਰਿਪਰੇਸ਼ਨ ਕਰਨੀ ਪੈਂਦੀ ਹੈ, ਬੱਚੇ ਨੂੰ ਦੇਖਣਾ ਪੈਂਦਾ ਕਿ ਮੈਂ, ਕਿਉਂਕਿ ਅਗਰ ਸਪਟੈਂਬਰ ਇਨਟੇਕ ਤੁਸੀਂ ਵੇਖਦੇ ਹੋ, ਸਪਟੈਂਬਰ ਇਨਟੇਕ ਦੇ ਲਈ ਅਗਰ ਤੁਸੀਂ ਆਈਲੈਟਸ ਦੀ ਤਿਆਰੀ ਕਰੋਗੇ ਤੇ ਇਸ ਸਮੇਂ ਜਿਹੜੀ ਅੱਗੇ ਟਾਈਮ ਆ ਰਿਹਾ ਉਹਦੇ ਤੁਹਾਨੂੰ ਆਈਲੈਟਸ ਦੀ ਡੇਟਸ ਵੀ ਨਹੀਂ ਮਿਲਣਗੀਆਂ ਤੇ ਉਸ ਅਕੋਰਡਿੰਗ ਇੱਕ ਪ੍ਰਿਪਰੇਸ਼ਨ ਹੋਣਾ, ਪਲੈਨਿੰਗ ਹੋਣਾ ਬਹੁਤ ਜ਼ਰੂਰੀ ਹੈ। ਤੇ ਸਟੂਡੈਂਟਸ ਅਗਰ ਸਾਡੇ ਕੋਲ
ਆਉਂਦੇ ਨੇ ਤੇ ਉਹ ਕਾਉਂਸਲਿੰਗ ਲੈਣ ਜ਼ਰੂਰ ਆ ਸਕਦੇ ਆ, ਫ੍ਰੀ ਆਫ ਕੋਸਟ ਕਾਉਂਸਲਿੰਗ ਹੈ। ਬੱਚਿਆਂ ਨੂੰ ਆਪਣੀ ਪ੍ਰਿਪਰੇਸ਼ਨ ਸ਼ੁਰੂ ਕਰ ਦੇਣੀ ਚਾਹੀਦੀ ਹੈ ਤੇ ਜਿਨ੍ਹਾਂ ਬੱਚਿਆਂ ਨੇ ਆਈਲੈਟਸ ਕਰ ਲਈ ਹੈ ਤੇ ਅਪਲਾਈ ਕਰਨਾ ਉਹ ਜਲਦ ਤੋਂ ਜਲਦ ਆਪਣੀ ਸੀਟਸ ਬੁੱਕ ਕਰਾਉਣ, ਕਿਉਂਕਿ ਅੱਗੇ ਜਾ ਕੇ ਤੁਹਾਨੂੰ ਪ੍ਰੋਗਰਾਮਸ ਮਿਲਣੇ ਮੁਸ਼ਕਿਲ ਹੋ ਜਾਣਗੇ, ਤੁਹਾਨੂੰ ਕੋਰਸਿਸ ਮਿਲਣੇ ਮੁਸ਼ਕਿਲ ਹੋ ਜਾਣਗੇ ਤੇ ਕੋਈ ਵੀ ਚਾਰਜਿਸ ਤੁਹਾਡੇ ਤੋਂ ਨਹੀਂ ਲਿੱਤੇ ਜਾਣਗੇ ਕਾਉਂਸਲਿੰਗ ਦੇ। ਤੁਸੀਂ ਆ ਕੇ ਆਪਣੇ ਡਾਕੂਮੈਂਟੇਸ਼ਨ ਨਾਲ ਲੈ ਕੇ ਪੇਰੈਂਟਸ ਨੂੰ ਨਾਲ ਆ ਕੇ ਮਿਲ ਸਕਦੇ ਹੋ, ਜੋ ਤੁਹਾਨੂੰ ਫੰਡਸ ਦੀ ਡਿਟੇਲ ਹੋ ਸਾਰੀ ਡਿਟੇਲ ਦੱਸੀ ਜਾਣਗੀ, ਤੁਸੀਂ ਉਹਨਾਂ ਨੂੰ ਰੈਡੀ ਕਰਨਾ ਸ਼ੁਰੂ ਕਰ ਦਿੰਦੇ ਹੋ ਉਹਨਾਂ ਡਾਕੂਮੈਂਟੇਸ਼ਨ ਨੂੰ ਤੇ ਨਾਲ ਹੀ ਅਗਰ ਆਫਰ ਲੈਟਰ ਲਈ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਆਫਰ ਲੈਟਰ ਮੰਗਵਾਉਣ 'ਚ 15-20 ਦਿਨ ਲੱਗਦੇ ਨੇ। ਇਸ ਤਰੀਕੇ ਨਾਲ ਅਗਰ ਤੁਸੀਂ ਆਪਣੇ ਕਿਸੇ ਵੀ ਇਨਟੇਕ ਲਈ ਅਪਲਾਈ ਕਰ ਰਹੇ ਹੋ ਤਾਂ ਉਸ ਇਨਟੇਕ ਤੋਂ 1 ਮਹੀਨਾ ਪਹਿਲਾਂ ਤੁਹਾਡੀ ਫਾਈਲ ਫਾਈਲਿੰਗ ਵਿੱਚ ਵੀ ਜਾਣੀ ਚਾਹੀਦੀ ਹੈ। ਜਦੋਂ 1 ਮਹੀਨਾ ਪਹਿਲਾਂ ਫਾਈਲ ਫਾਈਲਿੰਗ ਦੇ ਵਿੱਚ ਜਾਏਗੀ ਤਾਂ 1 ਮਹੀਨੇ ਪਹਿਲਾਂ ਫਾਈਲ ਤੁਹਾਡੀ ਰੈਡੀ ਵੀ ਹੋਣੀ ਚਾਹੀਦੀ ਹੈ। ਕਹਿਣ ਦਾ ਮਤਲਬ ਹੈ ਕਿ ਤੁਹਾਨੂੰ ਆਪਣੇ ਇਨਟੇਕ ਤੋਂ 2 ਜਾਂ 3 ਮਹੀਨੇ ਪਹਿਲਾਂ ਕੰਸਲਟੈਂਟ ਨੂੰ ਆ ਕੇ ਮਿਲਣਾ ਚਾਹੀਦਾ ਤੇ ਫਾਈਲ ਪ੍ਰਪੇਅਰ ਕਰਨੀ ਚਾਹੀਦੀ ਹੈ। ਜੀ, ਕੋਈ ਵੀ ਮਨ ਦੇ ਵਿੱਚ ਸਵਾਲ ਤੁਹਾਡੇ ਰਹਿ ਗਿਆ ਹੋਵੇ ਜੋ ਅਸੀਂ ਨਹੀਂ ਸਾਡਾ ਕਰ ਪਾਏ, ਡਾਇਰੈਕਟ ਇਹਨਾਂ ਨੰਬਰਾਂ 'ਤੇ ਕਾਲ ਕਰਕੇ ਪੁੱਛ ਸਕਦੇ ਹੋ। ਥੋੜ੍ਹਾ ਸਮਾਂ ਬਚਿਆ, ਮੈਂ ਪੋਲੈਂਡ ਜਾਣ ਵਾਲੇ ਵਿਦਿਆਰਥੀਆਂ ਦੀ ਪ੍ਰੋਫਾਈਲ ਬਾਰੇ ਵੀ ਥੋੜ੍ਹੀ ਜਾਣਕਾਰੀ ਚਾਹੁੰਦਾ। ਕਿਹੜੇ ਪ੍ਰੋਫਾਈਲ ਜਿਹੜੇ ਤੁਸੀਂ ਚਾਹੁੰਦੇ ਵੀ ਇਹਨਾਂ ਨੂੰ ਪੋਲੈਂਡ ਚਲੇ ਜਾਣਾ ਚਾਹੀਦਾ? ਸਰ, ਪੋਲੈਂਡ ਦੇ ਵਿੱਚ ਅਗਰ ਅਸੀਂ ਵੇਖੀਏ ਯੂਰੋਪੀਅਨ ਕੰਟਰੀ ਹੋਣ ਕਰਨ ਨਾਲ ਨਾਲ ਸ਼ੈਨਿਗਨ ਕੰਟਰੀ ਹੈ ਤੇ ਜਿਹਦੇ ਵਿੱਚ ਅਸੀਂ ਕਹਿ ਸਕਦੇ ਕਿ ਸਟੂਡੈਂਟ ਜਾਣਾ ਚਾਹੁੰਦਾ ਤੇ ਇਸ ਸਮੇਂ ਇੱਕ ਐਪਲੀਕੈਂਟਸ ਨੂੰ ਮੰਗਾਵਾਂਗੀ, ਤੁਹਾਡੇ ਕੋਲ ਸੁਨਹਿਰਾ ਮੌਕਾ ਹੈ, ਗੋਲਡਨ ਓਪਰਚੁਨਿਟੀ ਕਿ ਤੁਸੀਂ ਆਪਣਾ ਪੋਲੈਂਡ ਦੇ ਵਿੱਚ ਅਪਲਾਈ ਕਰ ਸਕਦੇ ਹੋ ਵਿਦਆਊਟ ਆਈਲੈਟਸ। ਵਿਦਆਊਟ ਆਈਲੈਟਸ ਹੋਣ ਦੇ ਨਾਲ ਇਸ ਕੰਟਰੀ ਦੀ ਜਿਹੜੀ ਤੁਹਾਡੀ ਸਟੱਡੀ ਆ ਉਹ ਇੰਗਲਿਸ਼ ਦੇ ਵਿੱਚ ਹੋਏਗੀ। ਪੋਲੈਂਡ ਦੇ ਵਿੱਚ ਅਗਰ ਅਸੀਂ ਵੇਖੀਏ, ਤੁਸੀਂ ਅਗਰ ਕਿਸੇ ਵੀ ਯੂਰੋਪੀਅਨ ਕੰਟਰੀ ਵਿੱਚ ਜਾਓਗੇ ਔਰ ਚਾਹੇ ਸਟੱਡੀ ਵੀਜ਼ਾ ਦੇ ਥਰੂ ਜਾ ਰਹੇ ਹੋ ਚਾਹੇ ਕਿਸੇ ਵੀ ਹੋਰ ਰੀਜ਼ਨ ਕਰਕੇ ਜਾ ਰਹੇ ਹੋ, ਤੁਹਾਨੂੰ ਜਿਹੜੀ PR ਹੈ ਉਹਦੇ ਵਿੱਚ 5 ਈਅਰਸ ਲੱਗਦੇ ਹੀ ਲੱਗਦੇ ਨੇ ਤੇ ਇਹਦੇ ਕਰਕੇ ਅਗਰ ਤੁਸੀਂ ਪੋਲੈਂਡ ਸਟੱਡੀ ਕਰਨ ਲਈ ਜਾਓਗੇ ਤੁਹਾਨੂੰ ਸਟੱਡੀ ਰਾਹੀਂ 2 ਈਅਰਸ ਦੀ ਸਟੱਡੀ ਐਂਡ 3 ਈਅਰਸ ਦਾ ਵਰਕ ਪਰਮਿਟ ਇਸ਼ੂ ਹੋ ਜਾਂਦਾ, ਤੁਸੀਂ ਲੀਗਲੀ 5 ਈਅਰ ਉਸ ਕੰਟਰੀ ਵਿੱਚ ਰਹਿ ਸਕਦੇ ਹੋ ਤੇ ਉਸ ਤੋਂ ਬਾਅਦ 5 ਸਾਲ ਬਾਅਦ ਤੁਸੀਂ ਅੱਗੇ ਆਪਣਾ PR ਅਪਲਾਈ ਕਰਨ ਲਈ ਕੇਸ ਅਪਲਾਈ ਕਰ ਸਕਦੇ ਹੋ, ਐਲੀਜੀਬਲ ਹੋ ਜਾਂਦੇ ਹੋ। ਸਟੱਡੀ ਜਿਹੜੀ ਹੈ ਉਹ ਕਿਹੜੇ ਕੋਰਸਿਸ ਹੋਣਗੇ, ਕਿਹੜੇ ਪ੍ਰੋਫਾਈਲ ਲਈ ਹੋਣਗੇ, ਕਿੱਦਾਂ ਦੇ ਕਾਲਜਿਸ ਨੇ ਉਹਦੇ ਬਾਰੇ ਕੀ ਕਹਿਣਾ? ਪੋਲੈਂਡ ਇੱਕ ਟੂਰਿਸਟ ਹੱਬ ਵੀ ਮੰਨਿਆ ਜਾਂਦਾ ਤੇ ਫੈਸ਼ਨ ਡਿਜ਼ਾਈਨ ਤੋਂ ਰਿਲੇਟਡ ਸਟੂਡੈਂਟ ਵੀ ਜਾਣਾ ਚਾਹੁੰਦੇ ਨੇ ਤੇ ਇਹ ਸਟੂਡੈਂਟਸ ਵੀ ਅਪਲਾਈ ਕਰ ਸਕਦੇ ਨੇ। ਇਹਦੇ ਨਾਲ ਹੀ ਬਿਜ਼ਨਸ ਲਾਈਨ ਦੇ ਕੋਰਸਿਸ ਅਵੇਲੇਬਲ ਨੇ, ਆਟੋਮੋਬਾਈਲ ਤੋਂ ਰਿਲੇਟਡ ਕੋਰਸਿਸ ਅਵੇਲੇਬਲ ਨੇ, ਮੈਡੀਕਲ ਤੋਂ ਰਿਲੇਟਡ ਕੋਰਸਿਸ ਅਵੇਲੇਬਲ ਨੇ। ਵੇਖਣਾ ਪਏਗਾ ਬੱਚੇ ਦਾ ਪ੍ਰੀਵੀਅਸ ਪ੍ਰੋਫਾਈਲ ਕੀ ਹੈ, ਉਸ ਪ੍ਰੋਫਾਈਲ ਦੇ ਅਕੋਰਡਿੰਗ ਸਟੂਡੈਂਟ ਨੂੰ ਅੱਗੇ ਕੋਰਸਿਸ ਪ੍ਰੋਵਾਈਡ ਕੀਤੇ ਜਾਣਗੇ। ਇਹਦੇ ਨਾਲ ਹੀ ਜਿਹੜੇ ਸਟੂਡੈਂਟਸ ਦੀ ਡਾਕੂਮੈਂਟੇਸ਼ਨਸ ਹੈ ਉਹਨੂੰ ਥੋੜ੍ਹਾ ਟਾਈਮ ਲੱਗਦਾ ਹੈ, ਇਸ ਲਈ ਮੈਂ ਕਹਾਂਗੀ ਜਿੰਨੀ ਜਲਦੀ ਹੋ ਸਕਣ ਅਪਲਾਈ ਕਰਨ। ਪੋਲੈਂਡ ਦੇ ਵਿੱਚ ਇਨਟੇਕਸ ਬਹੁਤ ਘੱਟ ਅਵੇਲੇਬਲ ਹੁੰਦੇ ਨੇ ਤੇ ਅਗਰ ਜਿਹੜਾ ਬੱਚਾ ਇਸ ਸਮੇਂ ਪੋਲੈਂਡ ਜਾਣਾ ਚਾਹੁੰਦਾ ਹੈ ਉਹ ਲੇਟ ਨਾ ਹੁੰਦਾ ਹੋਇਆ ਜਲਦ ਤੋਂ ਜਲਦ ਅਪਲਾਈ ਕਰੇ। ਪੋਲੈਂਡ ਦੇ ਵਿੱਚ ਤੁਸੀਂ ਪਲੱਸ ਟੂ ਤੋਂ ਬਾਅਦ ਅਗਰ ਤੁਹਾਡਾ 3 ਜਾਂ 4 ਸਾਲ ਦਾ ਗੈਪ ਹੈ ਤੇ ਉਹ ਅਸੈਪਟੇਬਲ ਹੈ, ਤੁਸੀਂ ਉਸ ਜਸਟੀਫਿਕੇਸ਼ਨ? ਹਾਂਜੀ ਬਿਲਕੁਲ, ਉਹ ਤੁਹਾਨੂੰ ਦੱਸਣਾ ਪਏਗਾ ਤੁਸੀਂ ਉਹਦੇ ਵਿੱਚ ਕੀਤਾ ਕਿ ਪੇਰੈਂਟਸ ਨਾਲ ਕੋਈ ਬਿਜ਼ਨਸ ਕਰ ਰਹੇ ਸੀਗੇ, ਕਿਸੇ ਜੋਬ ਦੇ ਵਿੱਚ ਇਨਵੋਲਵ ਸੀਗੇ, ਜਾਂ ਤੁਸੀਂ ਕੋਈ ਆਪਣਾ ਸਟੱਡੀ ਕਰ ਰਹੇ ਸੀ, ਕੋਈ ਇਗਜ਼ਾਮ ਦੀ ਤਿਆਰੀ ਕਰ ਰਹੇ ਸੀਗੇ, ਕੋਈ ਵੀ ਡਾਕੂਮੈਂਟ ਜੋ ਵੀ ਤੁਸੀਂ ਕਰ ਰਹੇ ਸੀ ਉਹਦਾ ਇੱਕ ਐਵੀਡੈਂਸ ਜ਼ਰੂਰ ਨਾਲ ਲੱਗੇਗਾ ਤੇ ਉਹਨਾਂ ਡਾਕੂਮੈਂਟੇਸ਼ਨ ਦੇ ਨਾਲ ਤੁਸੀਂ ਪੋਲੈਂਡ ਦੇ ਵਿੱਚ ਅਪਲਾਈ ਕਰ ਸਕਦੇ ਹੋ। ਕਿਤਨੇ ਕਿਤੇ ਪੋਲੈਂਡ ਵਿੱਚ ਵਿਦਆਊਟ ਆਈਲੈਟਸ ਜ਼ਰੂਰ ਜਾ ਰਹੇ ਹੋ, ਪਰ ਤੁਹਾਡੀ ਸਟੱਡੀ ਇੰਗਲਿਸ਼ ਦੇ ਵਿੱਚ ਹੋਏਗੀ, ਤੁਸੀਂ ਇੰਗਲਿਸ਼ ਦੇ ਵਿੱਚ ਪੜ੍ਹਨਾ ਉੱਥੇ। ਇੰਗਲਿਸ਼ ਦੀ ਜਿਹੜੀ ਕਮਿਊਨੀਕੇਸ਼ਨ ਸਕਿੱਲਸ ਹੋਣਾ, ਲੈਂਗੁਏਜ ਸਕਿੱਲਸ ਹੋਣਾ, ਉਹ ਮਤਲਬ ਕਾਫੀ ਇੰਪੋਰਟੈਂਟ ਹੈ। ਬਿਲਕੁਲ, ਐਨਿਕ ਇੰਗਲਿਸ਼ ਆਉਂਦੀ ਹੋ ਸਕੇਗੀ, ਤੁਸੀਂ ਉੱਥੇ ਜਾ ਕੇ ਪੜ੍ਹ ਸਕੋ, ਆਪਣੀ ਗੱਲ ਸਮਝ ਸਕੋ, ਦੂਜੇ ਦੀ ਸਮਝਾ ਸਕੋ, ਤੇ ਕਿਵੇਂ ਤੇ ਜਿਹੜੇ ਕਿ ਤੁਸੀਂ ਸਟੱਡੀ ਹੈ ਉਹ ਵੀ ਇੰਗਲਿਸ਼ ਦੇ ਵਿੱਚ ਕਰਨੀ ਹੈ ਤੇ ਐਨਿਕ ਇੰਗਲਿਸ਼ ਆਉਣੀ ਚਾਹੀਦੀ ਹੈ। ਮੈਂ ਕਹਾਂਗੀ ਜਿਹਨਾਂ ਬੱਚਿਆਂ ਨੇ ਆਈਲੈਟਸ ਕੀਤੀ ਉਹ ਵੀ ਪੋਲੈਂਡ ਦੇ ਵਿੱਚ ਜਾਣ ਲਈ ਇੰਟਰਸਟਿਡ, ਉਹ ਵੀ ਸਟੂਡੈਂਟ ਅਪਲਾਈ ਕਰ ਰਹੇ ਨੇ ਤੇ ਜਿੰਨੀ ਜਲਦੀ ਹੋ ਸਕੇ ਤੁਸੀਂ ਆਪਣੇ ਡਾਕੂਮੈਂਟਸ ਦਿਖਾਓ ਤਾਂ ਹੀ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਵੀ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਤੇ ਪੋਲੈਂਡ ਲਈ ਐਲੀਜੀਬਲ ਹੋ ਕਿ ਨਹੀਂ ਹੋ। ਇੰਟਰਵਿਊ ਮੈਂਡੇਟਰੀ ਹੈ ਸਾਰਿਆਂ ਦੀ ਹੁੰਦੀ ਹੈ? ਹਾਂਜੀ, ਯੂਰੋਪੀਅਨ ਕੰਟਰੀ ਵਿੱਚ ਤੁਸੀਂ ਜਦੋਂ ਵੀ ਸਟੱਡੀ ਵੀਜ਼ਾ ਲਈ ਜਾਂਦੇ ਤੁਹਾਡੇ ਜਿਹੜੇ ਕਿ ਸ਼ੈਂਗਨ ਕੰਟਰੀਜ਼ ਨੇ ਉੱਥੇ ਤੁਹਾਨੂੰ ਇੰਟਰਵਿਊ ਫੇਸ ਕਰਨਾ ਪੈਂਦਾ। ਜਿਹੜਾ ਇੰਟਰਵਿਊ ਸਿਰਫ 2 ਜਾਂ 3 ਮਿੰਟ ਦਾ ਜਿਹੜਾ ਇੰਟਰੋਡਕਸ਼ਨ ਹੁੰਦਾ ਕਿ ਹਾਂਜੀ ਜਿਹੜਾ ਮਤਲਬ ਅਪਲਾਈ ਕਰ ਰਿਹਾ ਉਹ ਜੈਨੂਅਨ ਹੈ, ਸਟੱਡੀ ਲਈ ਜਾਣਾ ਚਾਹੁੰਦਾ, ਦੈਟਸ ਇਟ। ਜਿਹਦੀ ਪ੍ਰਿਪਰੇਸ਼ਨ ਸਾਡੇ ਵੱਲੋਂ ਇੱਕ ਫਾਈਲਿੰਗ ਤਿਆਰ ਹੁੰਦੇ ਤੁਹਾਡੇ ਨਾਲ ਦੇ ਨਾਲ ਹੋ ਜਾਂਦੀ ਹੈ। ਸੋ ਜਸਲੀਨ, ਸਮਾਂ ਨਹੀਂ ਅਲਾਓ ਕਰ ਰਿਹਾ ਅੱਜ ਦੇ ਸ਼ੋਅ ਦੇ ਵਿੱਚ ਆਉਣ ਲਈ, ਟਾਈਮ ਕੱਢਣ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਧੰਨਵਾਦ ਸਾਰੇ ਦਰਸ਼ਕਾਂ ਦਾ, ਟੈਕਨੀਕਲ ਟੀਮ ਦਾ। ਕੋਈ ਐਸਾ ਸਵਾਲ ਜਿਹੜਾ ਮੈਨੂੰ ਪੁੱਛ ਪਾਇਆ ਡਾਇਰੈਕਟ ਇਹਨਾਂ ਨੰਬਰਾਂ 'ਤੇ ਕਾਲ ਕਰਕੇ ਪੁੱਛ ਸਕਦੇ ਹੋ। ਅੱਜ ਦੇ ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ, ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।